ਪਨੈਲੋ ਪੇਰ ਕਾਰੀ ਕੀ ਸਪਰਜੈਂਤੀ ਸੋ ਪਨੈਲੋ ਤੁਹਾਨੂੰ ਪਤਾ ਹੀ ਆ ਪਨੈਲੋ ਕੀ ਇੱਕ ਫੱਟੀ ਨੂੰ ਕਹਿੰਦੇ ਆ ਹਨਾ ਪਨੈਲੋ ਪੇਰ ਕਾਰੀ ਕੀ ਕਾਰੀ ਕੀ ਹੁੰਦਾ ਜੀ ਲੋਡ ਜਿਹੜਾ ਸਮਾਨ ਆ ਸਪਰਜੈਂਤੀ ਸਪਰਜੈਂਤੀ ਜਿਹੜਾ ਫੈਲਿਆ ਹੋਇਆ ਕਿ ਜਿਹੜਾ ਗੱਡੀ ਤੋਂ ਬਾਹਰ ਫੈਲ ਜਾ ਹੋਇਆ ਫੈਲ ਜਾਂਦਾ ਵਾ ਕਹਿੰਦਾ ਪਾ ਫੈਲਿਆ ਕਿਉਂ ਕਹਿੰਦੇ ਅਗਰ ਗੱਡੀ ਦੇ ਵਿੱਚ ਹੋਊਗਾ ਤਾਂ ਉਹ ਤਾਂ ਗੱਡੀ ਦੇ ਵਿੱਚ ਸੈਟਿਆ ਫੈਲਿਆ ਹੋਇਆ ਮਤਲਬ ਕਿ ਨਾਰਮਲੀ ਗੱਲ ਪਤਾ ਲੱਗ ਰਿਹਾ ਕਿ ਗੱਡੀ ਤੋਂ ਬਾਹਰ ਹੋਏਗਾ ਸੋ ਜਿੱਦੋਂ ਗੱਡੀ ਤੋਂ ਸਮਾਨ ਬਾਹਰ ਫੈਲਿਆ ਹੁੰਦਾ ਵਾ ਬਾਹਰ ਹੁੰਦਾ ਵਾ ਉਸ ਸਮਾਨ ਦੇ ਅੱਗੇ ਇਹ ਲੱਗਦੀ ਆ ਪਨੈਲੋ ਸੋ ਇਹ ਇੱਕ ਸਿਗਨਲ ਆ ਜੀ ਇਸ ਪਨੈਲੋ ਤੋਂ ਪਤਾ ਲੱਗ ਰਿਹਾ ਏ ਕਿ ਜਿਹੜਾ ਸਮਾਨ ਆ ਉਹ ਫੈਲਿਆ ਹੋਇਆ ਏ ਠੀਕ ਆ ਜੀ ਇਹ ਪਨੈਲੋ ਇਨ ਫਿਗੂਰਾ ਸਿਨੀਆਲਾ ਇਲ ਟਰਾਂਸਪੋਰਟੋ ਦੀ ਕਾਰਿਕੀ ਸਪੋਰਜੈਂਟੀ ਕਿ ਜਿਹੜਾ ਪਨ ਜਿਹੜੀ ਪਨੈਲੋ ਇਨ ਫਿਗੂਰਾ ਪਿਕਚਰ ਤੇ ਵਿੱਚ ਸਿਨੀਆਲਾ ਕਿ ਸਾਨੂੰ ਜਿਹੜਾ ਸਿਗਨਲ ਦਿੰਦੀ ਆ ਇਲ ਟ੍ਰਾਂਸਪੋਰਟੋ ਦੀ ਕਾਰਿਕੇ ਸਪੋਰਜੈਂਟੀ ਕਿ ਲੈ ਕੇ ਜਾ ਰਿਹਾ ਇੱਕ ਸਮਾਨ ਜਿਹੜਾ ਕਿ ਬਾਹਰ ਨੂੰ ਫੈਲਿਆ ਹੋਇਆ ਵਾ ਸੋ ਜਿਹੜਾ ਬਾਹਰ ਸਮਾਨ ਫੈਲਿਆ ਹੋਇਆ ਹੋਇਆ ਹੁੰਦਾ ਇਹ ਉਹਦੇ ਤੇ ਲੱਗੀ ਹੁੰਦੀ ਆ ਅੱਗੇ ਜੀ ਪਨੈਲੋ ਪਰ ਮਰਚੀ ਪੈਰੀਕੋਲੋਸੇ ਸੋ ਜਿਹੜੀ ਆ ਪਨੈਲੋ ਆ ਕਿਦੀ ਆ ਜੀ ਜਿਹੜੀ ਮਰਚੀ ਪੈਰੀਕਲ ਹੋ ਸਕੇ ਜਿਹੜਾ ਸਮਾਨ ਆ ਜਿਹੜਾ ਖਤਰੇ ਵਾਲਾ ਵਾ ਉਹਦੀ ਆ ਠੀਕ ਆ ਜੀ ਪਨੈਲੋ ਇਨਫਿਗੁਰਾ ਸੇਨੇਾਲਾ ਕੇ ਜਿਸ ਤਨੋਂ ਜਿਹੜਾ ਸਿਗਨਲ ਕਰ ਰਿਹਾ ਵਾ ਕਿ ਇਲ ਟ੍ਰਾਂਸਪੋਰਟ ਉਹ ਕਿ ਲੈ ਕੇ ਜਾ ਰਹੇ ਨੇ ਦੀ ਮਹਰਚੀ ਪੈਰੀਕਲੋਸ ਹੈ ਕਿ ਜਿਹੜਾ ਸਮਾਨ ਹੈ ਖਤਰੇ ਵਾਲਾ ਵਾ ਸੋ ਆ ਜਿਹੜਾ ਹੈਗਾ ਵਾ ਜਿੱਦ ਜਿਵੇਂ ਤੜ ਸੰਦ ਕਿਹਾ 1203 ਇਹਦਾ ਮਤਲਬ ਹੈ ਕਿ ਤੁਸੀਂ ਜਿਹੜਾ ਬੈਂਜ਼ੀਨ ਆ ਲੈ ਕੇ ਜਾ ਰਹੇ ਹੋ ਮੈਂ ਤੁਹਾਨੂੰ ਦਿਖਾਉਣਾ ਤਸਵੀਰ ਦੇ ਨਾਲ ਇਹ ਜਿਹੜਾ ਆ ਇਹ ਜਿਹੜਾ ਪੂਰਾ ਵਾ ਇਹ ਆ ਜੀ ਤੀਪੋ ਦੀ ਪੈਰੀਕਲੋਸੀ ਤਾਂ ਕਿ ਕਿਹੜੀ ਕਿਸਮ ਦੀ ਪੈਰੀਕਲੋਸੀ ਤਾਂ ਦੱਸਣ ਦਿਆ ਵਾ ਜਿਹੜਾ 33 ਨੰਬਰ ਆ ਇਹਦਾ ਮਤਲਬ ਹੈਗਾ ਇਲਨੂਮੈਰੋ 33 ਸਟਾਪਿਰ ਆਲਟAMENTE ਇਨਫੀਆਮਾਬਿਲੇ ਮਤਲਬ ਕਿ ਜਿਹੜੀ ਆਲਟAMENTE ਇਨਫੀਆਮਾਬਿਲੇ ਕਿ ਜਿਹੜੀ ਵੱਡੀ ਅਗ ਲੱਗਣ ਦਾ ਖਤਰਾ ਵਾ ਠੀਕ ਹੈ ਜੀ 33 ਨੰਬਰ ਇਹ ਚੀਜ਼ ਦਾ ਹੁੰਦਾ ਵਾ ਜਿਹੜਾ ਹੈਗਾ 1203 ਇਡੈਂਟੀਫਿਕਾਸਿਓਨੇ ਕਿ ਜਿਹੜੀ ਪਛਾਣ ਆ ਨੋਮੇ ਸੋਸਟਾਂਸਾ ઓ ਨੂਮੈਰੋ 1 ਕਿ ਜਿਹੜਾ ਨਾਮ ਆ ਕਿ ਜਿਹੜੀ ਜਿਹੜਾ ਪਦਾਰਥ ਲੈ ਕੇ ਜਾ ਰਹੇ ਹੋ 1203 ਮਤਲਬ ਬੈਂਜ਼ੀਨ ਆ 1202 ਗੈਸੋਲਿਓ 1203 ਕੇਰੋਸਿਨ ਮਤਲਬ ਕਿ ਜਿਹੜਾ ਮਿੱਟੀ ਦਾ ਤੇਲ ਹੁੰਦਾ ਵਾ ਸੋ ਬੈਂਜ਼ੀਨ ਆ ਤੁਹਾਨੂੰ ਪਤਾ ਵਾ ਕੀ ਆ ਪੈਟਰੋਲ ਐ ਗੈਸੋਲਿਓ ਡੀਜ਼ਲ ਐ ਤੇ ਕੇਰੋਸਿਨ ਐ ਕੇਰੋਸਿਨ ਮਤਲਬ ਹੋ ਗਿਆ ਜਿਹੜਾ ਜੀ ਤੁਹਾਡਾ ਮਿੱਟੀ ਦਾ ਤੇਲ ਆ ਸੋ ਯਾਦ ਰੱਖਿਓ ਕਿ ਆ ਜਿਹੜਾ ਵਾ ਜਦੋਂ ਇਹ ਤੁਹਾਨੂੰ ਪਨੈਲੋ ਮਿਲਦੀ ਐ ਕਿਉਂਕਿ ਅੱਗੇ ਦਾ ਬੜਾ ਜੀ ਜ਼ਿਕਰ ਹੁੰਦਾ ਵਾ ਤੇ ਇਹ ਕਹਦਾ ਜੀ ਇਹ ਹੈਗੀ ਆ ਜੀ ਮਰਚੀ ਪੇਰੇ ਕੋਲੋਂ ਸੇ ਵਾਲੀ ਹਾਂਜੀ ਅੱਗੇ ਆਜੀ ਪਨੈਲ ਲੋ ਫਿਰ ਵੀਕੋਲੀ ਅਦੀਬਿਤੀ ਅਲ ਤ੍ਰਾਸਪੋਰਟੋ ਮੇਰਜੀ ਕੋਨ ਮਾਸਾ ਅਪੀਏਨੋ ਕਾਰੀਕੋ ਸੁਪੇਰੀਓਰੇ ਆ 3.5 ਟੋਨੈਲਾਤੀ ਕੰਦਾਰੇ ਜਿਹੜੇ ਪਨੈਲ ਲੋ ਆ ਫਿਰ ਵੀਕੋਲੀ ਵਾਹਨਾ ਦੇ ਲਈ ਅਦੀਬਿਤੀ ਅਤ੍ਰਸਪੋਰਟੋ ਗਿਜੋ ਲੈ ਕੇ ਜਾ ਰਹੇ ਨੇ ਮੇਰਜੀ ਸਮਾਨ ਕੋਨ ਮਾਸਾ ਅਪੀਏਨੋ ਕਾਰੀਕੋ ਕਿ ਜਿਹੜਾ ਉਹਦੇ ਚ ਜਿਹੜਾ ਭਾਰ ਲੱਦਿਆ ਹੋਇਆ ਵਾ ਜਿਹੜਾ ਜਿਹੜਾ ਉੱਤੇ ਲੋਡ ਕੀਤਾ ਹੋਇਆ ਸਮਾਨ ਆ ਜਿਹੜਾ ਪੂਰਾ ਪੇਨ ਹੋ ਆ ਕਾਰੀ ਕੋ ਜਿਹੜਾ ਸੁਪਰੀ ਹੋਰੇ ਜਾਂ ਚਾਦਾਵਾ ਤਰੇ ਵੀਰ ਕੋਲਾ 5 ਟਨ ਲਾਤੀ ਤੋਂ ਬਲਕਿ 3500 ਕਿਲੋ ਤੋਂ 3500 ਕਿਲੋ ਤੋਂ ਜ਼ਿਆਦਾ ਵਾ ਕਹਿੰਦਾ ਜੀ ਦੌਰਾਨ ਤੇਲਾ ਸਰਕੂਲਸਿਓ ਨੇ ਚੱਲਣ ਦੇ ਦੌਰਾਨ ਆਵਾਜਾਈ ਦੇ ਦੌਰਾਨ ਜਾਂ ਚੱਲਣ ਦੇ ਦੌਰਾਨ ਜਿਵੇਂ ਤੁਹਾਨੂੰ ਸੋਖਾ ਲੱਗਦਾ ਤੁਸੀਂ ਸਮਝ ਸਕਦੇ ਹੋ ਲਿਆਉ ਤੋ ਕਾਰੀ ਕਿ ਜਿਹੜੇ ਟਰੱਕ ਹੁੰਦੇ ਆ Con massa massima a pieno carico superiore a 3,5 tonnellati, che gera una da massa massima a pieno carico, che gera par o che gera una da superiore a gargiada a 3,5 tonnellate, quindi so che l'otto giada è, devono essere segnalati posteriormente con pannello retroriflettenti -retro -re in figura. ਕਹਿੰਦਾ ਕਿ ਦੇਵਨੋ ਸਿਨੇ ਲਾਤੀ ਪੋਸਟਰੀਅਰਮੈਂਟੇ ਪੋਸਟਰੀਅਰਮੈਂਟੇ ਜਿਹੜਾ ਪਿਛਲੇ ਪਾਸੇ ਇਸ ਤਰ੍ਹਾਂ ਉਹਨਾਂ ਨੂੰ ਸਿਨੇ ਵਾਲੇ ਕਰਨਾ ਪਏਗਾ ਇਸ ਤਰ੍ਹਾਂ ਦਸਣਾ ਪਏਗਾ ਕੋਨ ਪਨੈਲੀ ਰੈਟਰੋ ਰਿਫਲਟੈਂਟੇ ਇਨ ਫਿਗੂਰਾ ਕਿ ਜਿਵੇਂ ਕਿ ਆਪਨੇ ਲੋਆ ਰੈਟਰੋ ਰਿਫਲਟੈਂਟੇ ਦਾ ਮਤਲਬ ਹੁੰਦਾ ਵਾ ਜਦੋਂ ਲਾਈਟ ਪੈਂਦੀ ਆ ਤਾਂ ਉਹ ਚਮਕਦੀ ਆ ਸੋ ਤਸਵੀਰ 'ਚ ਬਖੋਣਾ ਆ ਵੀ Il conducente che vede i pannelli in figura sta seguendo un autocarro con massa a pieno carico superiore a 3,5 tonnellate. Gli diventano un calcone, da sia in questione invece di dobare a virghittia. Chi il conducente che vede i pannelli in figura, che picciate le vetrate, i pannelli di che sta seguendo, chi o o. o, o ਪਿੱਛਾ ਕਰ ਰਿਹਾ ਹੈ ਪਿੱਛਾ ਕਰਨ ਦਾ ਭਾਵ ਕਿ ਉਸ ਦੇ ਅੱਗੇ ਹੈ ਉਸ ਦੇ ਅੱਗੇ ਹੈ ਉਹਨਾਂ ਉਤੋਂ ਘਾਰੋ ਇੱਕ ਟਰੱਕ ਕੋਣ ਮਾਸਾ ਆਪੀਏ ਨੋਕਾਰੀ ਕੋ ਜਿਹੜਾ ਭਾਰ ਜਿਹੜਾ ਓਵਰਲੋਡ ਕਰਕੇ ਜਿਹੜਾ ਜਿਹੜਾ ਲੋਡ ਕਰਕੇ ਜਦੋਂ ਦਾ ਭਾਰ ਆ ਸੁਪਰੀਅਰ ਹੈ ਜਿਆਦਾ ਵਾ ਤਰੇ 2.5 ਟਨ ਲਾਤੀ ਤੋਂ 250 ਕਿਲੋ ਤੋਂ ਅੱਗੇ ਦੀ ਪਨੈਲੋ ਪਰ ਰਿਮੋਰਕੀ ਪਹਿਲਾਂ ਆਇਆ ਸੀ ਵੀ ਕੋਲੀ ਹੁਣ ਆਇਆ ਰਿਮੋਰਕੀ ਕੱਲ ਮੈਂ ਤੁਹਾਨੂੰ ਰਿਮੋਰਕੀ ਦੱਸਿਆ ਸੀ ਕੀ ਹੁੰਦੇ ਆ ਨਾ ਰਿਮੋਰਕੀ ਹੁੰਦੇ ਜਿਹਨਾਂ ਨਾਲ ਆਪਾਂ ਕੱਚ ਕੇ ਲੈ ਕੇ ਜਾਂਦੇ ਆ ਆਦੀ ਪੀਤੀ ਆਟਰਾਸਪੋਰਟੋ ਮਰਜੀ ਕੋਨ ਮਾਸਾ a pieno carico superiore a 3,5 tonnellate che il veicolo ha tre pannello ha pannello ha pannello a per rimorchi rimorchi di li adibita tra trasporto merci che gli o sman leke jandea konma sa pieno carico superiore che jada onda samaan jada laddia hoya va superiore jada va 3,5 tonnellate durante la circolazione chalande duran i rimorchi ਇਈ ਸੈਮੀ ਰਿਮੋਰਕ ਜਿਹੜਾ ਰਿਮੋਰ ਕੀਤਾ ਅਤੇ ਸੈਮੀ ਰਿਮੋਰਕ ਕੀਤਾ ਪੇਰ ਟ੍ਰਾਂਸਪੋਰਟੋ ਦੀ ਕੋਸੇ ਕਿ ਸਮਾਨ ਲੈ ਕੇ ਜਾਣ ਲਈ ਕੁਨ ਮਾਸਾ ਮੈਕਸੀਮਾ ਆ ਪੀਨੋ ਕਾਰੀਕੋ ਸੁਪਰੀਓਰੇ ਕਿ ਜਿਹੜਾ ਉਹਨਾਂ ਦਾ ਸਮਾਨ ਜਿਹੜਾ ਲੋਡ ਕਰਕੇ ਜਿਹੜਾ ਸੁਪਰੀਓਰੇ ਜ਼ਿਆਦਾ ਵਾ ਤਰਹਿ ਵੀ 2.5 ਟਨ ਲਾਤੇ ਤੋਂ 3500 ਕਿਲੋ ਤੋਂ ਜ਼ਿਆਦਾ ਵਾ 3500 ਕਿਲੋ ਹਾਂਜੀ ਦੇ ਉਹਨੋਂ ਇਸ ਰੇਸ ਨੇ ਲਾਤੀ ਕਿ ਉਹਨਾਂ ਨੂੰ ਸਨੇ ਲਾਤੀ ਕਰਨਾ ਪਏਗਾ posteriormente il pass se jive ki tano pannello retro riflettenti in figura che è il pannello retro riflettenti in figura estenale. de naal agar us da jehda paareya jari semi moor kiya agar us da paatra il conducente ke vede i pannelli in figura ke driver hai, jo dekhda in figura sta seguendo ke oh ਕਿ ਉਹ ਪਿੱਛੇ ਚੱਲ ਰਿਹਾ ਹੈ ਕਿ ਉਹਦੇ ਅੱਗੇ ਕੀ ਆ ਉਹ ਰਿਮੋਰਕਿਓ ਐ ਕਿ ਰਿਮੋਰਕਿਓ ਉਹ ਸੇਮੀ ਰਿਮੋਰਕੋ ਜਾਂ ਸੇਮੀ ਰਿਮੋਰਕ ਪਰ ਟ੍ਰਾਂਸਪੋਰਟੋ ਦੀ ਕੋਸੇ ਕੋਨ ਮਾਸਾ ਕਿ ਪੇਰ ਸਮਾਨ ਲੈ ਕੇ ਜਾਣ ਲਈ ਕੋਨ ਮਾਸਾ ਤੇ ਪੀਏ ਨੋ ਕਾਰੀ ਕੋ ਸੁਪਰੀਓਰੇ 3.5 ਟਨ ਲਾਤੀ ਕੇ ਜਿਆਦਾ ਪਰ ਲੋਡ ਕਰਕੇ ਸਮਾਨ ਜਿਹੜਾ ਉਹਦਾ ਪਾ ਰਿਆ 3.5 ਟਨ ਲਾਤੀ ਤੋਂ ਜ਼ਿਆਦਾ ਹਾਂਜੀ ਸਤ੍ਰਿਸ਼ੇ ਰੈਟਰੋਰੀਫਲੇਟੈਂਟੀ ਸੋ ਇਹ ਵੀ ਕੋਲੀ ਜਿਹੜੇ ਸਟ੍ਰੀਚੇ ਰੈਟਰੋ ਰਿਫਲੇਟੈਂਟੀ ਹੁੰਦੇ ਗੱਡੀਆਂ ਤੇ ਉਹ ਵਾਲੇ ਪੜਦੇ ਆ ਜੋ ਅਸੀਂ ਪਿੱਛੇ ਵੜ ਕੇ ਹਟਿਆ ਸਭ ਉਦਾਂ ਹੀ ਆ ਕੋਈ ਕੋਈ ਨਵੀਂ ਚੀਜ਼ ਨਹੀਂ ਆ ਕਿ ਜਦੋਂ ਸਾਨੂੰ ਔਖਾ ਲੱਗੇ ਦੂਰਾ ਅੰਤ ਲਾ ਸਰਕੂਲੇਸ਼ਨ ਲਈ ਆਟੋ ਕਾਰੀ ਆਟੋ ਕਾਰੀ ਟਰੱਕਾਂ ਦੀ ਗੱਲ ਹੁੰਦੀ ਐਡ ਈ ਰਿਮੋਰ ਕੀ ਕੋਨ ਮਾਸਾ ਮਾਸਿਮਾ ਆ ਪੀਏਨੋ ਕਾਰੀਕੋ superiori a 3,5 tonnellati devono essere segnalati con strisce posteriori e laterali retrorifletenti che andrà durante la circolazione, la circolazione autocari, autocari a terriere rimorchia con massa massima a pieno carico che diventa la parte superiore a 3,5 tonnellate to devono essere segnalati, che non con pega ਸਿਗਨਲ ਦੇਣਾ ਪਏਗਾ ਕੋਨ ਸਟ੍ਰੀਸ਼ੇ ਪੋਸਟੇਰੀਓਰੀ ਜਿਹੜੇ ਪਿੱਛੇ ਆ ਉਹਨਾਂ ਦੇ ਨਾਲ ਇਹ ਲੈਟਰਾਲੀ ਲੈਟਰਾਲੀ ਦੇ ਨਾਲ ਸਟ੍ਰੀਸ਼ੇ ਦੀ ਗੱਲ ਹੁੰਦੀ ਪਈ ਆ ਰੈਟਰੋ ਰਿਫਲੇਟੈਂਟੀ ਕਿ ਜਿਹੜੇ ਚਮਕਦੇ ਆ ਜੇ ਲਾਈਟ ਪੈਂਦੇ ਕਿਵੇਂ ਆ ਹੈਗਾ ਜੇ ਸਾਈਡਾਂ ਤੇ ਸੌਰੀ ਆ ਹੋ ਗਿਆ ਪਿਛਲੇ ਪਾਸੇ ਠੀਕ ਹੈ ਜੀ ਆ ਆ ਜੇ ਸਾਈਡਾਂ ਤੇ ਜੋ ਗੱਲ ਦੋਵਾਂ ਦੀ ਹੁੰਦੀ ਪਈ ਸੀ ਆਉਤੋ ਕਾਰ ਇ ਤੇ ਰਿਮੋਰਕ ਹੁਣ ਦੇਖੋ ਸਾਈਡਾਂ ਤੇ ਵੀ ਆ ਤਾਂ ਪਿਛਲੇ ਪਾਸੇ ਵੀ ਆ ਸੋ ਦੋਵੇਂ ਪਾਸੇ ਹੈ ਗੈਸ ਰਿਸ਼ੇ ਰੈਟਰੋ ਰਿਫਰੇਟੈਂਟੀ ਇਹਨਾਂ ਆ ਦੇਖੋ ਪਿੱਛੇ ਵੀ ਆ ਤੇ ਆ ਦੇਖੋ ਸਾਈਡ ਤੇ ਵੀ ਆ ਆ ਦੇਖੋ ਸੋ ਥੋੜਾ ਵੱਡਾ ਕਰ ਲਓ ਤਸਵੀਰ ਨੂੰ ਆ ਦੇਖੋ ਲਾਟਰਾਲੀ ਲਾਟਰਾਲੀ ਸਾਈਡਾਂ ਤੇ ਤੇ ਪੋਸਟਰੀਅਰਮੈਂਟ ਮੋਲੇ ਕਿ ਪਿੱਛੇ ਆ ਦੇਖੋ ਪਿੱਛੇ ਵੀ ਆ ਤੇ ਸਾਈਡਾਂ ਤੇ ਵੀ ਆ ਸੋ ਦੋਵੇਂ ਪਾਸੇ ਹੈਗੇ ਆ ਤਾਂ ਜਿਨ੍ਹਾਂ ਦਾ ਸਮਾਨ ਤੁਹਾਨੂੰ ਦੱਸਿਆ ਕਿ ਜਿਹੜਾ ਪਾ ਰਿਹਾ ਜਿਹੜਾ ਲੋਡ ਹੈ ਲੋਡ ਕਰਕੇ ਜਿਹੜਾ ਤਰੇਹ ਵੀ ਤੁਲਾ ਚੀਕ ਤੋਂ ਨੇ ਲਾਜ ਤੋਂ ਜ਼ਿਆਦਾ ਹੁੰਦਾ ਵਾ ਸੋ ਉਹਦੇ ਤੇ ਜਿਹੜੇ ਸਤ੍ਰਿਸ਼ੇ ਰੈਟਰੋ ਰਿਫਲੇਟੈਂਟੀ ਹੋਣੇ ਚਾਹੀਦੇ ਆ ਠੀਕ ਹੈ ਜੀ ਲੈ ਸਤ੍ਰਿਸ਼ੇ ਰੈਟਰੋ ਰਿਫਲੇਟੈਂਟੀ ਅਪਲੀਕੇਟੇ lateralmente ad alcuni veicoli possono essere di colore bianco o giallo kenda ki jada stri che retro riflettenti ya jada chamakdar hunde ya applica te lagge hunde ya lateralmente lateralmente malike sidean te ad alcuni veicoli codek eh, vahana eh, de possu essere ho sakde ne di colore rang de bianco chitte o giallo ya ja, pile theek hai ji agge le strisce retroriflettenti applicate dietro che pechhe lagge hunde a di alcuni veicoli possono essere o sacdene di colore ja colore rosso o giallo la rang de ja giallo de haan ji agge agge ji doveri doveri da matlab hunda kartav ਕਰਤਵ ਕਹਿ ਲੋ ਜਾਂ ਫਰਜ਼ ਕਹਿ ਲੋ ਜਿਸ ਤਰ੍ਹਾਂ ਤੁਹਾਨੂੰ ਸਮਝ ਲੱਗਦੀ ਉਸ ਤਰੀਕੇ ਨਾਲ ਸਮਝੋ ਦੈਲ ਕੁੰਡੂਚੈਂਤੇ ਜਿਹੜੇ ਕਰਤੱਵ ਆ ਜਿਹੜੇ ਡਰਾਈਵਰ ਤੇ ਉਹ ਪਰਲਗਿਆਂ ਤਿਵੀਏ ਤੋਂ ਮਨਾਹੀ ਦੀਸ ਪੋਸਟਾਰੇ ਲ ਸੇਨੇਅਲੇਟਿਕਾ ਸਟਰਾਡਾਲੇ ਮਨਾਹੀ ਆ ਜੀ ਹਟਾਉਣ ਦੀ ਇਹਨੂੰ ਹਟਾਉਣ ਦੀ ਲ ਸੇਨੇਅਲੇਟਿਕਾ ਜਿਹੜੇ ਸਿਗਨਲ ਹੁੰਦੇ ਇਸ ਸਟਰਾਟਾਲੇ ਸੜਕੀ ਸਿਗਨਲਾਂ ਨੂੰ ਐਵਿਅਤਾ ਤੋਂ ਮਨਾਹੀ ਆ ਜੀ ਸਪੋਸਤਾਰੇ ਹਟਾਉਣਾ ਉਹ ਇਮ ਬ੍ਰਤਾਰੇ ਗੰਦਾ ਕਰਨਾ ਲਾ ਸੇਨੇਲੇਤਿਕਾ ਸਰਦਾਲੇ ਜਿਹੜਾ ਸੜਕੀ ਸਿਗਨਲ ਆ ਮਨਾਹੀ ਆ ਜੀ ਉਹਨੂੰ ਹਟਾਉਣਾ ਜਾਂ ਗੰਦਾ ਕਰਨਾ ਐਵਿਅਤਾ ਤੋਂ ਮਨਾਹੀ ਆ ਰਿਮੂਵਰੇ Se muovi i giaggi la segnalettica stradale. Se la segnalettica stradale di Rondava osnu katana, ossia di Espostare la segnalettica stradale può comportare pericolo grave per gli altri utenti della strada. ਸੋ ਇਹਦੇ ਵਿੱਚ ਇਹ ਵੀ ਚੀਜ਼ ਆ ਸਕਦੀ ਹੈ ਕਿ ਤੁਸੀਂ ਹਟਾਉਣ ਦਾ ਮਤਲਬ ਜੀ ਉਹਨੂੰ ਖਤਮ ਕਰਨਾ ਹੁੰਦਾ ਵਾ ਸੇਮ ਚੀਜ਼ ਉਹੀ ਇਹਦੇ ਵਿੱਚ ਆ ਜਾਂਦੀ ਆ ਰਿਮੂਵਰ ਇਹਦੇ ਵਿੱਚ ਕਹਿੰਦਾ ਕਿ ਸਪੋਸਤਾਰੇ ਲਾ ਸੇਨਲੇ ਦੀ ਗਸਤਰ ਦਾਲੇ ਕਿ ਜਿਹੜਾ ਹਟਾਉਣਾ ਵਾ ਤੁਸੀਂ ਸੇਨਲੇ ਦੀ ਗਸਤਰ ਦਾਲੇ ਨੂੰ ਪੋ ਕੰਪਰਤਾਰੇ ਪੋ ਕੰਪਰਤਾਰੇ ਪਰੀਕ ਲੋ ਕਿ ਇੱਕ ਵਿਵਹਾਰਿਕ ਤੌਰ ਤੇ ਖਤਰਾ ਬਣ ਸਕਦਾ ਵਾ ਗਰਾਵੇ ਪਰੀਕ ਲੋ ਗਰਾਵੇ ਕਿ ਗੰਭੀਰ ਖਤਰਾ ਪੇਰ ਲੀ ਆਲਤਰੀ ਉਤੰਤੀ ਤੇ ਲਾਸਟ ਰਾਤਾ ਕੇ ਹੋਰ ਜਿਹੜੇ ਸੜਕਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਦੇ ਲਈ ਸੜਕਾਂ ਦੀ ਵਰਤੋਂ ਕੌਣ ਕਰ ਰਿਹਾ ਸੜਕਾਂ ਦੀ ਵਰਤੋਂ ਹਰ ਕੋਈ ਕਰ ਰਿਹਾ ਜਿਹੜੇ ਗੱਡੀ ਚਲਾ ਰਹੇ ਆ ਗੱਡੀ ਚਲਾਉਣ ਵਾਲੇ ਸੜਕਾਂ ਦੀ ਵਰਤੋਂ ਕਰ ਰਹੇ ਆ ਸਾਈਕਲ ਚਲਾਉਣ ਵਾਲਾ ਸੜਕ ਦੀ ਵਰਤੋਂ ਕਰ ਰਿਹਾ ਕੋਈ ਵੀ ਆ ਸੜਕ ਦੀ ਵਰਤੋਂ ਹਰ ਹਰੇਕ ਜਿਹੜਾ ਸੜਕ ਤੇ ਚੱਲ ਰਿਹਾ ਵਾ ਉਹ ਸੜਕ ਦੀ ਵਰਤੋਂ ਕਰ ਰਿਹਾ ਅੱਗੇ ਜੀ ਦਿਵੀਏਟੋ ਮਨਾਹੀ ਦੀ ਲੰਚਾਰੇ ਲੰਚਾਰੇ ਸੁੱਟਣਾ ਉਜੈਤੀ ਆਬਜੈਕਟ ਵਸਤੂਆਂ ਸਮਾਨ ਚੀਜ਼ਾਂ ਦਲ ਵਹੀਕੋ ਗੱਡੀ ਤੋਂ ਦੀਸਪੋਰਕਾਰੇ ਨ ਕਰੇ ਜਾਤਾ ਇਹ ਇਹ ਦੀਸਪੋਰਕਾਰੇ ਅਤੇ ਸੜਕ ਨੂੰ ਗੰਦਾ ਕਰਨਾ ਵਿਤਾ ਤੋਂ ਮਨਾਹੀ ਹੈ ਲੰਚਾਰੇ ਸੁੱਟਣਾ ਦਲ ਫਿਨੇਸਟਰੀਨੋ ਫਿਨੇਸਟਰੀਨੋ ਕਿਰਕੀਤੋ ਫਿਨੇਸਟਰੀਨੋ ਕਿਹੜੀ ਫਿਨੇਸਟਰੀ ਦੀ ਗੱਲ ਹੁੰਦੀ ਗੱਡੀ ਦੀ ਮੋਸਿਕੋਨੀ ਮੋਸਿਕੋਨੀ ਜਿਹੜਾ ਸਿਗਰਟ ਦੇ ਜਿਹੜੇ ਹਿੱਸਾ ਹੁੰਦਾ ਜਿਹੜਾ ਬਚਿਆ ਹਿੱਸਾ ਅ ਮੋਸਿਕੋਨੀ ਦੀ ਸਿਗਾਰੇਟਾ ਪਚੇਸੀ ਜਿਹੜੇ ਸਿਗਰਟ ਤੇ ਚੀਜ਼ੀ ਹੁੰਦੇ ਹੁੰਦੇ ਚਾਲੂ ਸਿਗਟਾ ਜਿਹੜੀਆਂ ਕਹਿੰਦਾ ਭਾਵ ਕਿ ਜਦੋਂ ਅਸੀਂ ਸਿਗਰਟ ਜਦੋਂ ਕੋਈ ਹੁਣ ਸਮੋਕ ਕਰਦਾ ਪਿਆ ਵਾ ਸਮੋਕ ਕਰਦੇ ਟਾਈਮ ਸਿਗਰਟ ਚ ਬਰਨ ਹੋ ਰਹੀ ਪਈ ਆ ਅਗ ਲੱਗੀ ਪਈ ਐ ਤੇ ਜਦੋਂ ਐਦਾਂ ਹੀ ਸੁੱਟ ਦਿੰਦੇ ਉਹਨੂੰ ਬਿਨਾਂ ਹੀ ਕੁਝ ਕੀਤੇ ਤਾਂ ਉਹ ਉਹ ਜਿਹੜਾ ਉਹ ਇਹ ਕਰਨਾ ਮਨਾਹੀ ਆ ਸੋ ਤੁਹਾਨੂੰ ਪਤਾ ਮਨਾਹੀ ਕਿਸ ਹਾਲਾਤ ਵਿੱਚ ਹੋਊਗੀ ਸਿਗਰਟ ਚਾਲੂ ਹੋਊਗੀ ਜਿਹੜੀ ਤੁਸੀਂ ਸੁੱਟਤ ਹੋਗੇ ਉਹਨੂੰ ਅੱਗ ਲੱਗੀ ਹੋਊਗੀ ਉਹਨੂੰ ਤੁਸੀਂ ਸੁੱਟਤ ਹੋਗੇ ਤਾਂ ਉਹ ਜੇ ਕੋਈ ਸਾਈਕਲ ਤੇ ਹੁੰਦਾ ਕੋਈ ਮੋਟਰਸਾਈਕਲ ਤੇ ਹੁੰਦਾ ਕੋਈ ਵੀ ਹੁੰਦਾ ਉਹਦੇ ਉਹਦੇ ਕਿਤੇ ਲੱਗੂਗੀ ਉਹਨੂੰ ਨੁਕਸਾਨ ਹੀ ਨੁਕਸਾਨ ਆ ਸੋ ਇਹਦੇ ਲਈ ਮਨਾਹੀ ਹੈ ਜੇ ਤਾਰੇ ਚ ਤਾਰੇ ਮਤਲਬ ਵੀ ਸੁੱਟਣਾ ਵਾ ਮਸਤੀ ਕੋਣੇ ਦੀ ਸਿਗਰੈਟੇ ਅਚੇਸੀ ਸੁੱਟਣਾ ਜੇ ਜੋ ਸਕਦਾ ਨਾ ਬਚਿਆ ਹੋਇਆ ਹਿੱਸਾ ਅਚੇਜ਼ ਦੀ ਕਿ ਜਿਹੜਾ ਬਰਨ ਹੋਇਆ ਉਹ ਜਿਹਨੂੰ ਅਗ ਜਿਹੜਾ ਚਾਲੂ ਕਰ ਲੂੰ ਹੰਦਾ ਫਿਨੇਸਟਰੀ ਖਿੜਕੀ ਤੋਂ ਐਮੋਲ ਤੋਂ ਪੈਰੀਕਲੋਸੋ ਬਹੁਤ ਖਤਰੇ ਵਾਲਾ ਸੋਪਰਾਟੂਟੋ ਕਾਟੋਰਤੇ ਸੇ ਸੋਪਰਾ ਜੁੰਗਨੋ ਅਵੀਕੋਲੀਆ ਦੁਏ ਰੋਤੇ ਸੇ ਅਗਰ ਸੋਪਰਾ ਜੁੰਗਨੋ ਮਿਲ ਰੇ ਨੇ ਮਿਲਦੇ ਨੇ ਇਵੀ ਕੁਲੀ ਜਿਹੜੇ ਵਾਹਨ ਆ ਦੂਏ ਰੋ ਤੇ ਜਿਨ੍ਹਾਂ ਦੋ ਟਾਇਰ ਲੱਗਿਆ ਜਿਵੇਂਗਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਅੰਚੇਤਾਰੇ ਮੋਸਿਕੀਨੀ ਅਚੇਸੀ ਉਦਾਇ ਫਿਨੇਸਟਰੀਨੀ ਸੋਟਨਾ ਮੋਸਿਕੀਨੀ ਸਿਕੜਾਂ ਦਾ ਬਚਿਆ ਹੋਇਆ ਹਿੱਸਾ ਅਚੇਸੀ ਦਾ ਫਿਨੇਸਟਰੀਨੀ ਖਿੜਕੀ ਤੋਂ ਇਨ ਪ੍ਰੋਸੀਮਿਤਾ ਪ੍ਰੋਸੀਮਿਤਾ ਮਤਲਬ ਹੁੰਦਾ ਨੇੜੇ ਦੀ ਬੋਸਕੀ ਓ ਆ ਰਿਵੇਰਦੀ ਬੋਸਕੀ ਉਹ ਆਰੀਵਰਦੀ ਬੋਸਕੀ ਦਾ ਮਤਲਬ ਬੋਸਕੀ ਨੂੰ ਛੋਟਾ ਜੰਗਲ ਵੀ ਕਹਿ ਸਕਦੇ ਆ ਕਿਉਂਕਿ ਜਿਹੜਾ ਜਿਹੜੇ ਜੰਗਲ ਹੁੰਦੇ ਬਹੁਤ ਵੱਡੇ ਹੁੰਦੇ ਬੋਸਕੀ ਹੁੰਦੇ ਆ ਉਹ ਇੰਨੇ ਵੱਡੇ ਨਹੀਂ ਹੁੰਦੇ ਜਿੰਨਾ ਕਿ ਉਹ ਕਿ ਜਿੱਥੇ ਬਹੁਤ ਜ਼ਿਆਦਾ ਦਰਖਤ ਹੋਣੇ ਹੁੰਦੇ ਘਣੇ ਦਰਖਤ ਲੱਗੇ ਹੁੰਦੇ ਆ ਪਰ ਉਹ ਕਿ ਏਰੀਆ ਹੁੰਦਾ ਕਿ ਜਗ੍ਹਾ ਹੁੰਦੀ ਆ ਪਰ ਇੰਨੀ ਵੱਡੀ ਵੀ ਨਹੀਂ ਹੁੰਦੀ ਤਾਂ ਕਰਕੇ ਉਹਨੂੰ ਬੋਸਕੀ ਕਹਿੰਦੇ ਆ ਉਹ ਆਰੀਵਰਦੀ ਆਰੀਵਰਦੀ ਕਿ ਜਿਹੜੇ ਹਰੇ ਖੇਤਰ ਹੁੰਦੇ ਆ ਹਰੇ ਖੇਤਰ ਉਹੀ ਹੋਣਗੇ ਜਿੱਥੇ ਆ ਡਰਾਫਟ ਦੋਸ ਲੱਗੇ ਹੋਣਗੇ ਪੁੱਤਰੇ ਬੇ ਹੋ ਸਕਦਾ ਇੱਕ ਉਸਾਰੀ ਚਿੰਦੀ ਕਿ ਅਗ ਲੱਗੇ ਠੀਕ ਹੈ ਜੀ ਐ ਵੀ ਤਾਤੋ ਮਨਾਹੀਆ ਸਪਾਰਚੇ ਰੀ ਫਲਾਉਨਾ ਸੋ ਸਪਾਰਚੇ ਮਤਲਬ ਕਿ ਹੋ ਗਿਆ ਫਲਾਉਨਾ ਫਾਂਗੋ ਫਾਂਗੋ ਮਤਲਬ ਹੁੰਦਾ ਚਿੱਕਰ ਉਹ ਦੇ ਤਰੇਤੀ ਸੁਲੇ ਸਟਰਾਤੇ ਫਾਂਗੋ ਮਤਲਬ ਹੋ ਗਿਆ ਜੀ ਚਿੱਕੜ ਤੇ ਦੇ ਤਰੇਤੀ ਦੇ ਤਰੇਤੀ ਵੀ ਜਿਹੜਾ ਆ ਚਿੱਕੜ ਚਿੱਕ ਮਲਬੇ ਜੇ ਟਾਈਪ ਇਹਨੂੰ ਕਹਿੰਦੇ ਪਰ ਹੈ ਚਿੱਕੜ ਦੀ ਫੋਮ ਹੀ ਹੁੰਦੀ ਆ ਸੁੱਲੇਸਤਰਾ ਦੇ ਸਰਕਾਂ ਤੇ ਕੋਨਲੇ ਰੂਟੇ ਸਪੋਰਕੇ ਗੰਦੇ ਟੈਰਾ ਦੇ ਨਾਲ ਦੇਵੀ ਕੋਲੀ ਚ ਵਾਹਨ ਦੇ ਕੰਡੇ ਟੈਰਾ ਦੇ ਨਾਲ ਸੋ ਕਹਾਂਗਾ ਜੀ ਇਲ ਕੋਨਦੋਚੈਂਦ ਤੇ ਕੇ ਸੀ ਅਕੋਰਜੇ ਕਿ ਜਿਹੜਾ ਡਰਾਈਵਰ ਹੈ ਜਿਹਨੂੰ ਪਤਾ ਲੱਗਦਾ ਹੈ ਕਿ ਇਲ ਸੋ ਵੀਖਲੋ ਕਿ ਜਿਹੜਾ ਉਹਦੇ ਵਾਹਨ ਆ ਜਿਹੜੀ ਉਹਦੀ ਗੱਡੀ ਆ ਪੈਰ ਦੇ ਹੋਲੀ ਉਹ ਜੋ ਜਿਹੜਾ ਔਇਲ ਆ ਉਹ ਲੀਕ ਹੋਣ ਦਿਆ ਵਾ ਪੈਰਦੇ ਹੋਣ ਦਿਆ ਵਾ ਤੇ ਵੇ ਕੰਪੀਰੇ ਟੋਟੇਲੇ ਐਕਸ਼ਨੇ ਕਿ ਉਹ ਸਾਰੇ ਜਿਹੜੇ ਐਕਸ਼ਨ ਕਰਨੇ ਚਾਹੀਦੇ ਕੰਪਲੀਟ ਨੇ ਚ ਸਾਰੀਏ ਜ਼ਰੂਰੀ ਪੈਰ ਅਬਿਤਾਰੇ ਪਚਾ ਕਰਨ ਲਈ ਪੈਰੀ ਕੋਲੀ ਖਤਰਾ ਪੈਰ ਅਲਤ੍ਰੂ ਟੈਂਟੀ ਕਿ ਜਿਹੜੇ ਬਾਕੀ ਜਿਹੜੇ ਉਤੰਤੀ ਹੈਗੇ ਉਹਨਾਂ ਦੇ ਲਈ ਇਲ ਕੋਨਦੋ ਚੈਂਤੇ ਜ ਡਰਾਈਵਰ ਹੈ ਕੇ ਸੀ ਅਕੋਰਗਾ ਕੇ ਸੀ ਅਕੋਰਗਾ ਕਿ ਜੋ ਜਿਸ ਨੂੰ ਉਹਨੂੰ ਪਤਾ ਲੱਗਦਾ ਹੈ ਕੇ ਇਲ ਤੁਹਾ ਵਹੀਕਲ ਜਿਹੜਾ ਉਹਦਾ ਵਾਹਨ ਹੈ ਉਹਦੀ ਗੱਡੀ ਆ ਆਪੋਰ ਤੇ ਪੈਰਤੀ ਤੇ ਦੇ ਓਲਿਓ ਕਿ ਜਿਹੜਾ ਓਲਿਓ ਜਿਹੜਾ ਉਹਦਾ ਜਿਹੜਾ ਓਲਿਓ ਆ ਉਹ ਲੀਕ ਹੋਦਾ ਪਿਆ ਵਾ ਜੀ ਉਹ ਕਰਬੁਰਾਂ ਤੇ ਜਹਾਂ ਜਿਹੜਾ ਪੈਟਰੋਲ ਡੀਜ਼ਲ ਜੋ ਵੀ ਆ ਦੇਵੇ ਇਮੀਡੀਅਟAMENTE ਉਸ ਨੂੰ ਇਮੀਡੀਅਟAMENTE ਅਵਿਸਾਰੇ ਕਿ ਉਸ ਨੂੰ ਜਿਹੜਾ ਜਲਦੀ ਜਿਹੜਾ ਵਾ ਦੱਸਣਾ ਪਏਗਾ ਅਵਿਸਾਰੇ ਜਾਂ ਚੇਤੰਤ ਕਰਨਾ ਪਏਗਾ ਐਨਤੇ ਪ੍ਰੋਪਰਿਓ ਡੈਲਾ ਸਟਰਾਡਾ ਔਰ ਔਲੀ ਔਰਗ ਨਹੀਂ ਦਿੰਦੀ ਪੁਲਿਸ ਐਂ ਤੇ ਪ੍ਰੋਪਰਟਾਈਰ ਦਾ ਸਦਾ ਕਿ ਜਿਹੜੇ ਸੜਕ ਦੇ ਮਾਲਕ ਨੇ ਕਹਿਨ ਦਾ ਭਾਵ ਸੜਕ ਦੇ ਮਾਲਕ ਅਗਰ ਸੜਕ ਕਮੂਨੇ ਦੀ ਹੈ ਤਾਂ ਉਹਨੂੰ ਕਮੂਨੇ ਵਿੱਚ ਦੱਸਣਾ ਪਏਗਾ ਅਗਰ ਉਹ ਤੋਂ ਸਰਾਧਾ ਉਹ ਤੋਂ ਸਾਦੇ ਵਾਲੇ ਦੱਸਣਾ ਪਏਗਾ ਚਾ ਲੀ ਔਰਗ ਨਹੀਂ ਦੀ ਪੁਲਿਸ ਜੇ ਜਿਹੜੇ ਉੱਥੇ ਪੁਲਿਸ ਹੁੰਦੀ ਆ ਪੁਲਿਸ ਨੂੰ ਇਨਫੋਰਮ ਕਰਨਾ ਪਏਗਾ ਕਿਉਂਕਿ ਜਿਆਦਾ ਪੁਲਿਸ ਨੂੰ ਇਨਫੋਰਮ ਕਰੋ ਚਾ ਜਿਹੜੀ ਸੜਕ ਤੇ ਚੱਲ ਰਹੇ ਹੋ ਉਹ ਸੜਕ ਦੇ ਜਿਹੜੇ ਲੈਂਥ ਹੈ ਪ੍ਰੋਪਰਟਾਈਰੀ ਉਹਨਾਂ ਨੂੰ ਉਸ ਨੂੰ ਦੱਸਣਾ ਪਏਗਾ ਫਾਰ ਇਗਜ਼ਾਮਪਲ ਅਗਰ ਮੈਂ ਕਮੂਨੇ ਦੀ ਸੜਕ ਤੇ ਚੱਲ ਰਿਹਾ ਹਾਂ ਤਾਂ ਮੈਂ ਕਮੂਨੇ ਇਹ ਕੋਲ ਕਰਕੇ ਜਾਂ ਦੱਸੂਗਾ ਕਿ ਇਦਾਂ ਇਦਾਂਏ ਪ੍ਰੋਬਲਮ ਹੈ ਜਾਂ ਤਾਂ ਮੈਂ ਵੀਜੀਲੀ ਨੂੰ ਦੱਸੂਗਾ ਸੋ ਇਹ ਚੀਜ਼ਾਂ ਹੋਣੀਆਂ ਆ ਇਹ ਚੀਜ਼ਾਂ ਸਮਝਣਾ ਜ਼ਰੂਰੀ ਆ ਬੇਸ ਆ ਬੇਸ ਵਿੱਚ ਚੰਗੀ ਤੇ ਚੀਜ਼ਾਂ ਸਮਝੋ ਅੱਗੇ ਬਹੁਤ ਹੀ ਸੋਖਾ ਲੱਗਣਾ ਤੁਹਾਨੂੰ ਸੇ ਉਸਹੈਂਡੋ ਦੌਨ ਸੈਂਟੀਰੇ ਫਾਂਗੋਸੋ ਹੌਨ ਸੈਂਟੀਰੇ ਫਾਂਗੋਸੋ ਮਿਲ ਕੇ ਹੁੰਦਾ ਇੱਕ ਚਿੱਕੜ ਵਾਲਾ ਰਸਤਾ ਸੋ ਜਿਹੜਾ ਚਿੱਕੜ ਵਾਲਾ ਰਸਤਾ ਉਹਨੂੰ ਸੰਤੀਰੇ ਫਾਂਗੋਸੋ ਕਹਿੰਦੇ ਆ ਸੰਤੀਰੇ ਫਾਂਗੋਸੋ ਸਿਸਪੋਰ ਕਾ ਨੋਟਰਮੈਂਟੇ ਲਾਸਟਰਾ ਕਿ ਜਿਹੜਾ ਗੰਦਾ ਕਰਦਾ ਹੈ ਨੋਟਰਮੈਂਟੇ ਬਹੁਤ ਜ਼ਿਆਦਾ ਲਾਸਟਰਾਦਾ ਸੜਕ ਨੂੰ ਸਿਪੋ ਇਨਕੋਰਰੇ ਕਿ ਸਿਪੋ ਇਨਕੋਰਰੇ ਉਨਾ ਸਾਂਸਿਓਨੇ ਅਡਮਿਨਿਸਟ੍ਰਾਟਿਵਾ ਕਿ ਸਿਪੋ ਇਨਕੋਰਰੇ ਕਿ ਇੱਕ ਜੁਰਮਾਨਾ ਹੋ ਸਕਦਾ ਹੈ ਤੇ ਲੰਘਣਾ ਪੈ ਸਕਦਾ ਹੈ ਇਹਨੂੰ ਨਾ ਸਾਂਸਿਓਨੇ ਅਡਮਿਨਿਸਟ੍ਰੀਵੇ ਇੱਕ ਪ੍ਰਸ਼ਾਸਕੀ ਜੁਰਮਾਨੇ ਦੇ ਜਾ ਤਾਨੂੰ ਇੱਕ ਪ੍ਰਸ਼ਾਸਕੀ ਜੁਰਮਾਨਾ ਹੋ ਸਕਦਾ ਆਮਨਿਸਤਰਾਤੀ ਵਾ ਪ੍ਰਸ਼ਾਸਕੀ ਸੰਸੀ ਹੋਣੇ ਮੁਲੇ ਜੁਰਮਾਨਾ ਸ਼ੋਕੇ ਭਾਸ਼ਾ ਦੇ ਵਿੱਚ ਸਿਰਫ ਜੁਰਮਾਨਾ ਹੀ ਸਮਝ ਲਓ ਪ੍ਰਸ਼ਾਸਕੀ ਦੇ ਚੱਕਰ ਚ ਨਾ ਪੋ ਹਾਂਜੀ ਫੇਰੇ ਵਿਟਾਰੇ ਦੀ ਸਪੋਰਕਾਰੇ ਲਾ ਕਰੇ ਜਾਤਾ ਬਚਾ ਕਰਨ ਲਈ ਕਿ ਜਿਹੜਾ ਗੰਦੀ ਨਾ ਹੋਵੇ ਸੜਕ ਵਿਜ਼ੋ ਹੋਣੀ ਹੈ ਜ਼ਰੂਰ ਤੇ ਪੁਲੀਰੇ ਸਾਫ ਕਰਨਾ ਲੈ ਰੋ ਤੇ ਟੈਰਾਨੂ dal veicolo gaddi de prema di usire da un cantiere fangoso zitto cantiere fangoso to bahar nikalde ho theek hai ji uscendo da un cantiere fangoso o da un cantiere so jito tusi bahar nikalde un cantiere fangoso da un cantiere cantiere ke jithe kam chaldeya cantiere onu kande bizonia zarur te assicurarsi ke shor ho jo ke duran della marcia ਜੇਦੋਂ ਤੁਸੀਂ ਡਰਾਈਵ ਕਰਨੀ ਆ ਨੌਨ ਕਾ ਦੇ ਤੇਰੇ ਚਿਓ ਤੇਰੇ ਚੋ ਮਤਲਬ ਹੁੰਦਾ ਵਾ ਕਿ ਜਦੋਂ ਤੁਸੀਂ ਸੜਕ ਤੇ ਚੱਲਦੇ ਪਏ ਹੋ ਤਾਂ ਤੁਹਾਨੂੰ ਪਤਾ ਕਿ ਜਦ ਚਿੱਕੜ ਟਾਇਰਾਂ ਤੇ ਲੱਗਿਆ ਹੁੰਦਾ ਵਾ ਤੇ ਉਹ ਜਦੋਂ ਗੱਡੀ ਸਪੀਡ ਚੱਲਦੀ ਆ ਤਾਂ ਉਹ ਫੈਲਦਾ ਉਹ ਨਾਲ ਦਿੱਕੇ ਪੋਸਾਸ ਪ੍ਰਕਾਰੇ ਲਾਸਟਰਾ ਦਾ ਜੀਓ ਸੜਕ ਨੂੰ ਗੰਦਾ ਕਰ ਸਕਦਾ ਹੈ ਠੀਕ ਆ ਜੀ ਵਿੱਚ ਕੁੰਜੁੰਤੀ ਬਦੀ ਵਰਤੋਂ ਵੀ ਹੋਈ ਆ ਅੱਗੇ ਦੇਵੀਏ ਤੋਂ ਦੀ ਗਰਜਾਰੇ ਇਨ ਵੈਲੋਚਿਤਾ ਮਨਾਹੀ ਹੈ ਜੀ ਗਰੇ ਜਾ ਰਹੇ ਗਰੇ ਜਾ ਰਹੇ ਕਿਉਂ ਹੁੰਦਾ ਜਿਹੜੀਆਂ ਆਪਣੇ ਰੇਸਾਂ ਲਗਾਉਣੀਆਂ ਸਪੀਡ ਦੇ ਵਿੱਚ ਗਰੇ ਜਾ ਰਹੇ ਮਤਲਬ ਸਪੀਡ ਤੇ ਜਿਹੜੀਆਂ ਰੇਸਾਂ ਲਗਾਉਣੀਆਂ ਹਨ ਆਪ ਰੇਸਿੰਗ ਕਰਦੇ ਆ ਉਹ ਤੇ ਇਨ ਵੈਲੋਸੀ ਦਾ ਸਪੀਡ ਚ ਸੋ ਸੁੱਲੇਸਟਰਾਤੇ ਐਵੇਟਾਤੋ ਗਿਸੜਕਾ ਤੇ ਮਨਾਹੀ ਆ ਗਰੇ ਜਾ ਰਹੇ ਕਿਸ ਰੇਸਾਂ ਲਗਾਉਣੀਆਂ ਇਨ ਵੈਲੋਸੀ ਦਾ ਸਪੀਡ ਦੇ ਵਿੱਚ ਇਲ ਕੋਂਡੂਚੈਂਤੇ ਡਰਾਈਵਰ ਕੇ ਪਾਰਤੀਚਿਪਾ ਕਿ ਜੋ ਹਿੱਸਾ ਲੈਂਦਾ ਹੈ ਆਗਾ ਆਗਾ ਰੇ ਦੀ velocidade ਜਿਹੜੇ ਹੁੰਦੇ ਆ ਆਪਣੀ ਰੇਸਾਂ ਹੁੰਨੀਆਂ ਵਾ ਸਪੀਡ ਦੇ ਵਿੱਚ ਜਿਹੜੇ ਸਪੀਡ ਵਾਲੀਆਂ ਰੇਸਾਂ ਹੁੰਨੀਆਂ ਜਿਹੜਾ ਕੌਂਦੂ ਚੈਂ ਤੇ ਉਹਦੇ ਚ ਹਿੱਸਾ ਲੈਂਦਾ ਹੈ ਨੋਨ ਅਥੋਰਾਈਜ਼ਡ ਸੂਆਰੀਏ ਪਬਲਿਕੇ ਕਿ ਜਿੰਨਾ ਜਿੱਥੇ ਤੁਹਾਨੂੰ ਇਜਾਜ਼ਤ ਨਹੀਂ ਆ ਅਥੋਰਾਈਜ਼ਾ ਤੇ ਕਿ ਜਿਹੜੇ ਪਰਮਾਨਿਤ ਨਹੀਂ ਆ ਜਿਹੜੀ ਜਗ੍ਹਾ ਪਰਮਾਨਿਤ ਨਹੀਂ ਆ ਸੂਆਰੀਏ ਕਿ ਜਿਹੜੀ ਜਗ੍ਹਾ ਪਰਮਾਨਿਤ ਨਹੀਂ ਆ ਸੂਆਰੀਏ ਪਬਲਿਕੇ ਕਿ ਜਿਹੜੇ ਜਨਤਕ ਜਗ੍ਹਾਵਾ ਵਾ ਜਨਤਕ ਜਗ੍ਹਾਵਾਂ ਐਪੁਨੀ ਤੋਂ ਸਜ਼ਾਵਾ ਕੋਨ ਰੈਕਲੂਸਿਓਨੇ ਕੀ ਜਿਹੜੀ ਸਜ਼ਾਵਾ ਕੈਦ ਦੀ ਰੈਕਲੂਸਿਓਨੇ ਮਲੇ ਕੀ ਕੈਦ ਦੀ ਸਜ਼ਾ ਹੈ ਕਿ ਅਗਰ ਕੋਈ ਡਰਾਈਵਰ ਆ ਉਹ ਹਿੱਸਾ ਲੈਂਦਾ ਵਾ ਜੀ ਆਪਣੀਆਂ ਰੇਸਾਂ ਦੇ ਵਿੱਚ ਜਿਹੜੀ ਸਪੀਡ ਦੇ ਵਿੱਚ ਨੋਨ ਅਥੋਰਾਈਜ਼ਡ ਤੇ ਸਵਾਰੀ ਕਿ ਜਿੱਥੇ ਤੁਹਾਨੂੰ ਇਜਾਜ਼ਤ ਨਹੀਂ ਹੈ ਜਿੱਥੇ ਤੁਹਾਨੂੰ ਪਰਮਾਨ ਨਹੀਂ ਹੈ ਇਜਾਜ਼ਤ ਨਹੀਂ ਹੈ ਆਰਸ ਪਬਲਿਕ ਦੀ ਜਨਤਕ ਇਤਰਾਜੇ ਐਪੁਨੀ ਤੋਂ ਸਜ਼ਾਵਾ ਜੀ ਕੋਨ ਲਾ ਰੈਕਲੂਸਿਓਨੇ ਮਲੇ ਕੀ ਕੈਦ ਦੀ ਐ ਪੁਨITO ਕੋਨ ਲਾ ਰੈਕਲੂਸਿਓਨੇ ਇਲ ਕੋਂਡੂਚੈਂਤੇ ਜੇ ਡ੍ਰਾਈਵਰ ਐ ਕੇ ਗਾਰੇ ਜਾ ਇਨ ਵਿਲੋਚਿਤਾ ਸੂਸਤਰਾ ਦੇ ਪਬਲਿਕੇ ਐ ਪੁਨITO ਸਜਾਵਾਂ ਕੋਨ ਲਾ ਰੈਕਲੂਸਿਓਨੇ ਰੈਕਲੂਸਿਓਨੇ ਦਾ ਮਤਲਬ ਤੰਦਸਾ ਕੈਦ ਦੀ ਸਜਾਵਾਂ ਇਲ ਕੋਂਡੂਚੈਂਤੇ ਕੇ ਗਾਰੇ ਜਾ ਜਿਹੜਾ ਡ੍ਰਾਈਵਰ ਐ ਜੋ ਰੇਸਾਂ ਕਰੇ ਇਨ ਵਿਲੋਚਿਤਾ ਸਪੀਡ ਛੇ ਸੂਸਤਰਾ ਦੇ ਪਬਲਿਕੇ ਸਟ੍ਰਾਡੇ ਪਬਲਿਕੇ ਮਤਲਬ ਹੁੰਦਾ ਜਿਹੜੇ ਆਪਣੇ ਆਮ ਜਿਹੜੇ ਜਨਤਕ ਸੜਕਾਂ ਵਾ ਜਿੱਥੇ ਅਸੀਂ ਚੱਲਦੇ ਆ ਜਿੱਥੇ ਹੀ ਵਰਤੋਂ ਕਰਦੇ ਸੜਕਾਂ ਤੇ ਉਹ ਸੜਕਾ ਹਰੇਕ ਦੇ ਲਈ ਆ ਉਹ ਕੋਈ ਸਪੈਸ਼ਲ ਸੜਕਾ ਥੋੜਾ ਬੜੀਆਂ ਕਿ ਜੇ ਤੁਸੀਂ ਆਪਣੀਆਂ ਕੀ ਰੇਸਾਂ ਲਾਓ ਰੇਸਾਂ ਵਾਸਤੇ ਇੱਕ ਸਪੈਸ਼ਲ ਚੀਜ਼ ਹੋਗੀ ਹੁਣ ਉਹ ਸਾਰਿਆਂ ਲਈ ਉਹ ਤੇ ਥੋੜਾ ਰੇਸਾ ਲਾ ਸਕਦੇ ਆ ਐ ਪੁਨੀਤੋ ਸਜਾਵਾਂ ਕੋਨ ਲਾ ਰੈਕਲੂਸੀਓਨੇ ਕੀ ਸਕੋਮੇਟੇ ਜੋ ਸ਼ਰਤ ਲਗਾਉਂਦਾ ਹੈ ਸੋ ਵੀ ਕੋਲੀਕੇ ਪਾਰਟੀਚਿਪਾਨੋ ਕਿ ਉਹਨਾਂ ਗੱਡੀਆਂ ਤੇ ਕਿ ਜੋ ਹਿੱਸਾ ਲੈਂਦੀਆਂ ਨੇ ਅਗਾਰੇ ਦੀ ਵੀ ਲੋਚੀਤਾ ਸਪੀਡ ਤੇ ਨੋਨਾ ਤੋਰੀ ਸਾ ਤੇ ਸੂਸਰਾ ਦੇ ਪਬਲਿਕੇ ਕਿ ਜਿੰਨਾ ਨੋਨਾ ਤੋਰੀ ਸਾ ਤੇ ਸੂਸਰਾ ਦੇ ਪਬਲਿਕੇ ਦੀ ਸੜਕ ਕਿ ਜਿਹੜੇ ਜਨਤਕ ਸੜਕਾਂ ਤੇ ਕਿ ਜਿੱਥੇ ਇਜਾਜ਼ਤ ਨਹੀਂ ਹੈ ਸੋ ਕਹਿੰਦੇ ਕਿ ਜਿਹੜਾ ਸ਼ਰਤ ਵੀ ਲਾਉਂਦਾ ਵਾ ਨਾ ਤੇ ਉਹਦੇ ਲਈ ਵੀ ਸਜ਼ਾ ਵਾ ਹੁਣ ਐਵੇਂ ਕਿਤੇ ਸ਼ਰਤ ਨਾ ਲਾ ਬੈਠਿਓ ਕਿਸ ਕੋ ਮੇਤੇ ਸੋ ਵੀ ਕੋਲੀ ਕਿ ਪਾਰਟਿਚਿਪਨੋ ਕਿ ਜਿਹੜੇ ਹਿੱਸਾ ਲੈਣ ਦੇ ਕੱਢਿਆ ਜਿਹੜਾ ਉੱਤੇ ਸ਼ਰਤ ਲਾਉਂਦਾ ਫਿਰ ਉੱਤੇ ਵੀ ਸਜ਼ਾ ਦੇ ਅੱਗੇ ਦੋਵੇਰੀ ਦਲ ਕੰਡੂਜੈਂਤੇ ਪ੍ਰੋਚੇਡੈਂਡੋ ਇਨ ਫੀਲਾ ਕੋਨ ਆਲਤਰੀ ਵਿਕੋਲੀ ਸੋ ਪਹਿਲਾ ਗੱਲ ਆ ਗਈ ਸੀ ਹਾਂਜੀ ਪ੍ਰੋਚੇਂਦੈਂਡੋ ਇਨ ਫੀਲਾ ਕੋਨ ਆਲਤਰੀ ਵਿਕੋਲੀ ਦੋਵੇਰੀ ਦਲ ਕੰਡੂਜੈਂਤੇ ਕਿ ਜਿਹੜੇ ਕੰਡੂਟੇ ਤੇ ਕਰਤਾਵਿਆ ਰੋਚੀਦੈਂਡੋ ਕਿਦੋ ਚੱਲ ਰਿਹਾ ਇਨ ਫੀਲਾ ਕਤਾਰ ਦੇ ਵਿੱਚ ਕਤਾਰ ਦੇ ਵਿੱਚ ਮਰੇ ਕਲਾਈਨ ਦੇ ਵਿੱਚ ਚੱਲ ਰਿਹਾ ਕੋਨਾਲ 3ਵੀਂ ਕੋਲੀ ਦੂਜੇ ਵਾਹਨਾ ਦੇ ਨਾਲ ਕਵਾਂਦੋ ਸੀ ਵਿਜਾਜਾ ਇਨ ਫੀਲਾ ਜਦੋਂ ਤੁਸੀਂ ਚੱਲਦੇ ਹੋ ਸਫਰ ਕਰਦੇ ਹੋ ਯਾਤਰਾ ਕਰਦੇ ਹੋ ਇਨ ਫੀਲਾ ਕਤਾਰ ਦੇ ਵਿੱਚ ਕੋਨ ਆਲ 3ਵੀਂ ਕੋਲੀ ਦੂਜੇ ਵਾਹਨਾ ਦੇ ਨਾਲ ਹੋਰ ਵਾਹਨਾ ਦੇ ਨਾਲ ਕਹਿੰਦੇ ਦੂਜੇ ਵਾਹਨਾ ਨਾਲ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਨੌਨ ਬਿਜ਼ੋਨੀਆ ਜ਼ਰੂਰਤ ਨਹੀਂ ਹੈ ਲਿਮਿਟਾਰ ਸਿਆ ਜ਼ਰਵਾਰੇ ਸੋਲAMENTE ਇਲ ਵਿਕਲੋ ਕੇ ਪ੍ਰਚੇਦੇ ਨਾਉਨ ਬਿਜ਼ੋਨਿਆਲੇ ਮਿਤਾਰਸੀ ਕਿ ਸਾਨੂੰ ਜ਼ਰੂਰਤ ਸਾਨੂੰ ਜ਼ਰੂਰਤ ਨਹੀਂ ਹੈ ਕਿ ਉਜ਼ਰਵਾਰੇ ਸੋਲAMENTE ਕਿ ਐਜ਼ੀਸੇਰੋ ਫ ਦੇਖੀਏ ਇਲ ਵਿਕਲੋ ਕੇ ਪ੍ਰਚੇਦੇ ਕਿ ਜਿਹੜੀ ਗੱਡੀ ਸਾਡੇ ਅੱਗੇ ਆ ਮਾ ਅਕੋ ਰੇ ਪੂਰੇ ਟੈਂਸੋਨੇ ਅੰਕੀ ਲੋਂਤਾਂਸਾ ਕਿ ਸਾਨੂੰ ਜਿਹੜੀ ਧਿਆਨ ਹੋਣਾ ਚਾਹੀਦਾ ਵਾ ਸਾਡੀ ਦੂਰੀ ਤੇ ਵੀ ਫਿਰ ਕੰਟਰੋਲਰ ਦੀ ਸਿਟੂਏਸ਼ਨ ਹੈਂਦਲ ਟ੍ਰੈਫੀਕੋ ਕਿ ਜਿਹੜੀ ਸਾਨੂੰ ਕੰਟਰੋਲ ਕਰਨ ਲਈ ਕਿ ਜਿਹੜੇ ਹਾਲਾਤ ਹੈ ਕਾਦੇ ਟ੍ਰੈਫਿਕ ਤੇ Per agevolare il traffico è opportuno lasciare liberi gli sbocchi delle strade laterali quando si viaggia dietro una fila dei vicoli. Anzi, a per agevolare, agevolare ma la puntata. ਸੌ ਉਲਟ ਦੇ ਲਈ ਵੀਰ ਜੀ ਉਹ ਲੜੇ ਟ੍ਰਾਫਿਕ ਉਹ ਟ੍ਰਾਫਿਕ ਸੌ ਉਲਟ ਲਈ ਇਹ ਉਪਰਤ ਨੂੰ ਜ਼ਰੂਰੀ ਆ ਜੀ ਲਛਾਰੇ ਛੱਡਣਾ ਲੀਬਰੀ ਲੀਬਰੀ ਮਲੇਕਿਓ ਫ੍ਰੀ ਛੱਡਣਾ ਆਜ਼ਾਦ ਛੱਡਣਾ ਪਲੀਜ਼ ਬੋ ਕੀ ਦਾ ਲਸਰਾ ਦੇ ਸਪੋਕੀ ਦਾ ਲਸਰਾ ਦੇ ਕਿ ਜਿਹੜੀ ਸੜਕਾਂ ਦੀ ਐਂਟਰੈਂਸ ਆ ਸੜਕਾਂ ਦੀ ਜਿਹੜੀ ਐਂਟਰੈਂਸ ਹੈ ਨਾ ਮੰਨ ਲਓ ਇੱਕ ਸੜਕ ਆ ਉਸ ਇਚ ਐਂਟਰ ਹੋਣਾ ਜਿਹੜੀ ਐਂਟਰੈਂਸ ਹੈ ਤੁਹਾਨੂੰ ਜ਼ਰੂਰ ਤਾਂ ਕਿ ਉਹਨੂੰ ਫ੍ਰੀ ਛੱਡਣਾ ਆਜ਼ਾਦ ਛੱਡਣਾ ਕਿ ਉੱਥੇ ਐਵੇਂ ਉਹਦੇ ਚ ਭੀੜ ਭੜਕਾ ਨਹੀਂ ਕਰਨਾ ਲਾਤੇ ਰਾਲੀ ਜਿਹੜੀ ਸੈਟਾਂ ਤੇ ਆ ਕਵਾਂਦੋ ਸੀ ਵਿਜਾਜਾ ਜਦੋਂ ਤੁਸੀਂ ਯਾਤਰਾ ਕਰਦੇ ਹੋ ਦੀ ਐਤਰੋ ਪਿੱਛੇ ਉਹਨਾਂ ਫੀਲਾ ਦੇ ਵੀਕੋਲੀ ਇੱਕ ਜਿਹੜੀ ਕਤਾਰ ਹੈ ਗੱਡੀਆਂ ਦੀ ਉਹਦੇ ਤੇ ਜਦੋਂ ਇੱਕ ਗੱਡੀਆਂ ਦੀ ਇੱਕ ਕਤਾਰ ਚੱਲਦੀ ਪਈ ਹੈ ਭੀੜਿਆ ਤੇ ਲਾਈਨ ਵਾਈਜ਼ ਗੱਡੀਆਂ ਚੱਲਦੀ ਪਈਆਂ ਪਰ ਜਿਹੜੇ ਬੋਕ ਕੀ ਆ ਸਬਕ ਕੀ ਅੱਗੇ ਜਿਹੜੀ ਐਂਟਰੈਂਸ ਹੁੰਦੀ ਆ ਦੈਟ ਇਜ਼ ਰਾਜੇ ਸੜਕਾਂ ਦੇ ਲੱਤੇ ਰਾਲੀ ਸਾਈਡਾਂ ਵਾਲੇ ਉਹ ਤੁਹਾਨੂੰ ਫ੍ਰੀ ਸ਼ਾਰਟ ਨਹੀਂ ਚਾਹੀਦੀ ਆ ਠੀਕ ਆ ਜੀ ਕਵਾਂ ਤੁਸੀਂ ਵਿਯਾਜ ਚ ਜਦੋਂ ਤੁਸੀਂ ਸਫਰ ਕਰਦੇ ਹੋ ਇਨ ਫੀਲ ਆ ਕੋਨਾਲ ਤ੍ਰੀ ਵੀ ਕੋਲੀ ਹੋਰ ਬਹਨਾਂ ਦੇ ਨਾਲ ਬੀਜੋਣੀ ਆ ਜ਼ਰੂਰਤ ਆ ਮੰਤਨੇ ਰੱਖਣਾ ਉਗਲ ਮੈਂ ਤੇ ਈ ਕੋ ਜਾ ਲਾ ਦਿਸਟਾਂਸਾ ਦੇ ਸੂਕੁਰੇਸਾ ਦੇ ਸੁਰੱਖਿਆ ਦੀ ਦੂਰੀ ਇਹ ਬਹੁਤ ਇੰਪੋਰਟੈਂਟ ਹੈ ਕਿ ਲੈਸਟਮ ਪੂਰਾ ਹੈਗਾ ਦਸਤਾਰ ਸੇਕੁਰੇਸਾ ਦਾ ਪਰ ਉਨਾ ਮਾਜੋਰੇ ਸੇਕੁਰੇਸਾ ਪਰ ਉਨਾ ਮਾਜੋਰੇ ਸੇਕੁਰੇਸਾ ਕੀ ਇੱਕ ਵੱਡੀ ਸੁਰੱਖਿਆ ਲਈ ਕਵਾਂਦੋ ਸਿ ਵਿਆਜਾ ਜਦੋਂ ਸਫਰ ਕਰਦੇ ਹੋ ਇਨ ਫੀਲਾ ਕਤਾਰ ਵਿੱਚ ਗੁਨਾਲਤੀ ਵੀ ਕੋਲੀ ਹੋਰ ਵਾਹਨਾ ਦੇ ਨਾਲ ਐ ਓਪਰਤੂਨੋ ਜ਼ਰੂਰੀ ਯਾ ਨੋਨ ਅਵਿਚਿਨਾਰਸੀ ਨਾ ਜ਼ਰੂਰ ਨੋ ਨਾਵਿਚਿਨਾਸੀ ਕਿ ਨਾ ਨੇੜੇ ਹੋਵੋ ਤਰੋਪੋ ਜਾਤਾ ਅਲਵੀ ਕੋ ਲੋ ਕੇ ਪ੍ਰੋਸੀਡ ਹੈ ਕਿ ਜਿਹੜੀ ਗੱਡੀ ਤੁਹਾਡੇ ਅੱਗੇ ਆ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਉਹਦੇ ਨਜ਼ਦੀਕ ਨਾ ਹੋਵੋ ਬਿਲਕੁਲ ਜੀ ਵੱਡੀ ਜ਼ਿਆਦਾ ਸਿਕਿਉਰਿਟੀ ਸਰ ਲਈ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਉਹ ਹੁਣ ਅੱਗੇ ਆ ਹੁਣ ਅਗਲਾ ਜੋ ਵੀ ਅਗਲੇ ਹਾਲਾਤ ਆ ਉਹ ਉਹ ਵੇਖਦਾ ਪਿਆ ਵਾ ਨਾ ਕਿ ਤੁਸੀਂ ਵੇਖਦੇ ਪਏ ਹੋ ਸੋ ਫਿਰ ਤੁਹਾਨੂੰ ਨਹੀਂ ਪਤਾ ਕਿ ਅੱਗੇ ਉਹ ਉਹਦੇ ਅੱਗੇ ਕਿਹੜੀ ਸਿਚੁਏਸ਼ਨ ਆ ਸੋ ਤੁਹਾਨੂੰ ਵੀ ਥੋੜੀ ਜੀ ਦੂਰੀ ਬਣਾਉਣ ਦੀ ਜ਼ਰੂਰਤ ਆ ਅੱਗੇ ਆਗਾ ਜੀ ਦੋਵੇਰੀ ਦਲ ਕੰਡੂਚੈਂਟੀ ਤੇ ਪਾਰਤੀ ਹਿੱਸੇ ਦੈਲਾ strada ਸੋ ਪਾਰਤੀ ਮਲ ਕੀ ਹੋਇਆ ਹਿੱਸੇ ਦੈਲਾ strada ਸੜਕ ਦੇ ਦਾਲਾ ਸ਼ਾਰੇ ਲੀਬਰੇ ਕਿ ਜਿਹੜੇ ਫਰੀ ਛੱਡਨੇ ਆ ਸੋ ਦੇਖਦੇ ਕਿੜੇ ਹਿੱਸੇ ਆ ਬਿਜ਼ੋਨੀਆ ਲਾ ਸ਼ਾਰੇ ਲੀਬਰੀ ਲੀ ਇਨਕ੍ਰੋਚੀ ਇਨ ਕਾਸੋ ਦੇ ਟ੍ਰਾਫੀਕੋ ਇਨਤੈਨਸੋ ਬਿਜ਼ੋਨੀਆ ਜਰੂਤੇ ਅ ਲਾ ਸ਼ਾਰੇ ਛੱਡਨਾ ਲੀਬੇਰੀ ਫਰੀ ਲੀ ਇਨਕ੍ਰੋਤੀ ਇਨਕ੍ਰੋਤੀ ਹੁੰਦਾ ਜੀ ਚੌਂਕ ਚੋਰਾਹਾ ਜਿਹੜੇ ਚੌਂਕ ਹੁੰਦੇ ਚਰਾਹੇ ਹੁੰਦੇ ਆ ਇਨਕ੍ਰੋਸ ਇਨਕਾਸੋ ਕਿਸ ਮਾਮਲੇ ਵਿੱਚ ਇਨਕਾਸੋ ਮਲ ਕੀ ਮਾਮਲੇ ਵਿੱਚ ਜੇ ਟ੍ਰਾਫਿਕ ਉਹ ਇੰਟੈਂਸ ਹੋ ਕੇ ਪਾਰੀ ਜੀ ਦਾ ਰਸ਼ ਹੁੰਦਾ ਉਸ ਮਾਮਲੇ ਵਿੱਚ ਜ਼ਰੂਰ ਤੇ ਆ ਫਰੀ ਛੱਡਣਾ ਚੌਂਕਾਂ ਨੂੰ ਠੀਕ ਹੈ ਜੀ ਉਹਦੇ ਤੇ ਭੀੜ ਭੜਕਾ ਨਾ ਕਰਨਾ ਕਿਉਂਕਿ ਚੌਂਕਾ ਦੇ ਵਿੱਚ ਭੀੜ ਭੜਕਾ ਹੋਊਗਾ ਫਿਰ ਤਾਂ ਬਹੁਤ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਅੱਗੇ ਆ ਜੀ ਬਿਜ਼ੋਂ ਮੀਆਂ ਜ਼ਰੂਰ ਤੇ ਆ ਲਾਸ਼ਾਰੇ liberi fri caddna e pasazji a livello so pasazji a livello tano kal dassya si ki honda va fatak e e binari dal tram binari dal tram jithe tram chaldiya va roma je tu tram bahut vekhia hon giya anke in caso di traffico intenso che ande ke jadon preparire acha is mamle vich vi ਇਹ ਅੰਕੇ ਇਨਕਾਸੋ ਮਤਲਬ ਕਿ ਇਸ ਮਾਮਲੇ ਵਿੱਚ ਵੀ ਜਦੋਂ ਭਾਰੀ ਰਾਸ਼ੀਆ ਬਿਜ਼ੋਨੀਆ ਜ਼ਰੂਰਤ ਹੈ ਲਸ਼ਾਰੇ ਲਿਬਰੀ ਕਿ ਫ੍ਰੀ ਛੜਨਾ ਈ ਪਸਾਜੀ ਆ ਲਿਵੈਲੋ ਫਾਟਗ ਈ ਬਿਨਾਰੀ ਦਲ ਤਰਾਮ ਜਿਹੜੇ ਜਿਹੜੇ ਬਿਨਾਰੀ ਆ ਟਰਾਮ ਦੇ ਠੀਕ ਹੈ ਜੀ ਪਟਰੀਆਂ ਟਰਾਮ ਦੀਆਂ सो so, अगे हैगा बिजोनिया लाशारे लिबेरी ली अट्रावर्सामेंटी पेडोनाली बिजोनिया जरूरत है लाशारे लिबेरी ਫਰੀ ਛੱਡਣਾ ਲੀ ਯਾਤਰਾ ਵੈਰ ਸਮੈਂਤਿ ਪੈਡੋਨਾਲੀ ਜੈਬਰਾ ਕ੍ਰੋਸਿੰਗ ਜੈਬਰਾ ਕ੍ਰੋਸਿੰਗ ਮਲਕੀ ਜੀ ਤੁਸੀਂ ਪੈਦਲ ਸੜਕ ਨੂੰ ਪਾਰ ਕਰਦੇ ਹੋ ਤੇ ਉਹ ਜਿਹੜੇ ਸਤ੍ਰਿਸ਼ਯ ਬਿਆਕ ਕੇ ਬਣੇ ਹੁੰਦੇ ਤੇ ਉਹ ਵਾਲੀ ਇਕਵੇਲੀ ਚਿਕਲਾਬਿਲੀ ਅਤੇ ਜਿਹੜੇ ਚਿਕਲਾਬਿਲੀ ਆ ਜਿਹੜਾ ਸਾਈਕਲ ਦੇ ਲਈ ਆ ਇਨ ਕਾਸੋ ਕਿਸ ਮਾਮਲੇ ਵਿੱਚ ਦੀ ਫੋਰਮਾ ਸਿਓਨੇ ਦੀ ਕੋਦੇ ਦਲ ਵਿਕੋ ਕਿ ਜਦੋਂ ਕੋਦੇ ਦਲ ਵਿਕੋ ਵਿਕੋਲੀ ਸੇਮ ਉਹੀ ਚੀਜ਼ ਆ ਕਿਸੇ ਤੋਂ ਕਤਾਰ ਦੇ ਵਿੱਚ ਹੁੰਨੀਆਂ ਵਾ ਗੱਡੀਆਂ ਜਦੋਂ ਭੀੜ ਦਾ ਟ੍ਰੈਫਿਕ ਹੁੰਦੀ ਤੇ ਗੱਡੀਆਂ ਕਤਾਰ ਦੇ ਵਿੱਚ ਹੁੰਨੀਆਂ ਫਾਰਮੇਸ਼ਨ ਨੇ ਮਤਲਬ ਬੰਤਰ ਕਿਸ ਬੰਤਰ ਵਿੱਚ ਦੀ ਕੋ ਦੇ ਦੀ ਵੀ ਕੋਲੀ ਕਿ ਜਦੋਂ ਗੱਡੀਆਂ ਕਤਾਰ ਦੇ ਵਿੱਚ ਲਾਈਨ ਦੇ ਵਿੱਚ ਆ ਸੋ ਆ ਛੋਟੇ ਛੋਟੇ ਜਿਹੇ ਮਤਲਬ ਇਹ ਇਹਨਾਂ ਨੂੰ ਵੀ ਥੋੜਾ ਸਮਝ ਲੈ ਕਰੋ ਵੀ ਡੀ ਬਗ ਡੀ ਗੱਲ ਨਹੀਂ ਹੈਗੀ ਕਿਉਂਕਿ ਤੁਹਾਨੂੰ ਨਾਲ-ਨਾਲ ਰਿਕਾਰਡਿੰਗ ਵੀ ਮਿਲਦੀ ਹੈ ਬਿਜ਼ੋ ਹੁਣੀਆਂ ਜ਼ਰੂਰੀ ਹੈ ਲਾ ਸ਼ਾਰੇ ਲੀਬਰੇ ਫ੍ਰੀ ਸ਼ਟਨਾ ਲੇ ਇਮਿਸ਼ਨੇ ਸਟ੍ਰਾਡਾਲੀ ਇਮਿਸ਼ਨੇ ਸਟ੍ਰਾਡਾਲੀ ਉਹ ਜਿਹੜੀ ਕਹ ਲੋ ਕੀ ਐਂਟਰੈਂਸ ਕਹ ਲੋ ਇਨਕ੍ਰੋਚੀ ਇਨਕ੍ਰੋਚੀ ਮਤਲਬ ਹੁੰਦਾ ਵਾ ਚੌਂਕ ਕਨਫਲੂਐਂਸ ਕਨਫਲੂਐਂਸ ਮਤਲਬ ਕਿ ਜਿੱਥੇ ਸੰਗਮ ਹੁੰਦਾ ਆ ਸੜਕ ਜਾਂਦੀ ਵੀ ਤੇ ਇਹ ਇਧਰੋਂ ਸੜਕ ਕਿੱਦਣਾ ਮਿਲਨਦੀ ਆ ਇੱਕ ਸੜਕ ਸਿੱਧੀ ਜਾ ਰਹੀ ਆ ਤੇ ਦੂਜੀ ਮਿਲਨਦੀ ਆ ਤਾਂ ਉਹਨੂੰ ਕੀ ਕਵਾਂਗੇ ਕਨਫਲੂਐਂਸੇ ਕਵਾਂਗੇ ਜਿਹਨੂੰ ਤੁਸੀਂ ਸੰਗਮ ਕਹਿ ਦਿੰਦੇ ਜੇ ਇੰਗਰੈਸ ਦੀ ਪਰਕੇਜੀ ਐਂਟਰੈਂਸ ਜਿਹੜੀ ਆ ਪਰਕੇਜੀ ਦੀ ਅਨਕੇ ਇਨ ਕਾਸੋ ਦੇ ਟ੍ਰੈਫਿਕੋ ਇੰਟੈਂਸੋ ਕਿਦੋ ਟ੍ਰੈਫਿਕ ਇੰ ਟ੍ਰੈਫਿਕ ਜਿਆਦਾ ਹੁੰਦੀ ਆ ਭਾਰੀ ਟ੍ਰੈਫਿਕ ਹੁੰਦੀ ਆ ਇਸ ਮਾਮਲੇ ਵਿੱਚ ਵੀ ਇਨ ਕਾਸੋ ਮਾਮਲਾ ਇਨ ਇਨ ਮਲ ਵਿੱਚ ਕਾਸੋ ਮਾਮਲਾ ਇਸ ਅੰਕੇ ਵੀ ਇਸ ਮਾਮਲੇ ਵਿੱਚ ਵੀ ਸੋ ਆਪਣੇ ਲੈਸਨ ਬਹੁਤ ਵਧੀਆ ਕਲੀਅਰ ਹੁੰਦੇ ਪਏ ਆ ਸੋ ਨਾਲ ਨਾਲ ਤਿਆਰੀ ਵੀ ਰੱਖੇ ਕਰੋ ਅੱਗੇ ਅਗੇ ਜੀ ਅੰਤਰਾ ਅੰਦਨ ਚੰਤਰੋ ਬਿਤਾਤੋ ਜਦੋਂ ਐਂਟਰ ਹੁੰਦੇ ਹੋ ਇਨ ਉਨ ਚੈਂਟਰੋਪੀਤਾ ਤਾ ਉਨ ਚੈਂਟਰੋਪੀਤਾ ਦੇ ਰਹਾਸ਼ੀ ਖੇਤਰ ਦੇ ਵਿੱਚ ਠੀਕ ਹੈ ਜੀ ਐਂਤਰਾ ਉਨ ਚੈਂਟਰੋ ਅਪੀਤਾ ਤੋ ਬਿਜ਼ੋਨੀਆ ਰੈਸ਼ੀ ਐਂਤਰਾਂਡੋ ਵੜਦੇ ਹੋਏ ਇੱਕ ਰਹਾਸ਼ੀ ਖੇਤਰ ਵਿੱਚ ਬਿਜ਼ੋਨੀਆ ਜ਼ਰੂਰਤ ਹੈ ਤੇ ਨੇਰੇ ਕੋਨਟੋ ਦੇਖਣ ਦੀ ਕੇ ਪੋਕੰਬੀਆ ਹਰ ਸਪੇਸੋ ਲਾ ਪ੍ਰੇਸੀਡenza ਲੀ ਇਨ ਕ੍ਰੋਟੀ ਪੇ ਕੇ ਪੋਕੰਬੀਆ ਰੇ ਕੀ ਚੇਂਜ ਹੋ ਸਕਦੀ ਆ ਸਪੇਸੋ ਅਕਸਰ ਜਾਂ ਜ਼ਿਆਦਾਤਰ ਲਾ ਪ੍ਰੈਸੀਡੈਂਸ ਪਹਿਲ ਆਲੀਂ ਕਰੋ ਜੀ ਚੌਂਕਾਂ ਤੇ ਕਿਉਂਕਿ ਜਦੋਂ ਤੁਸੀਂ ਰਿਆਸ਼ੀ ਖੇਤਰ ਦੇ ਵਿੱਚ ਜਦੋਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹੋ ਜੇ ਤੁਹਾਨੂੰ ਚੌਂਕ ਮਿਲਦੇ ਬਹੁਤ ਜ਼ਿਆਦਾ ਸੜਕਾਂ ਦੇ ਵਿੱਚ ਹਰ ਵਾਰੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਨੂੰ ਹੀ ਪ੍ਰੈਸੀਡੈਂਸ ਆਵੇ ਪ੍ਰੈਸੀਡੈਂਸਾ ਚੇਂਜ ਹੋ ਸਕਦੀ ਹੈ ਪਹਿਲ ਪ੍ਰੈਸੀਡੈਂਸਾ ਮਨ ਲਓ ਪਹਿਲਾ ਐਂਟਰਾਂਡੋ ਉਨ ਚੈਂਟਰੋ ਅਬਿਤਾਤੋ ਜਦੋਂ ਚੈਂਟਰੋ ਅਬਿਤਾਤੋ ਐਂਟਰ ਹੁੰਦੇ ਹੋ ਬਿਸੋਨੀਆ ਤਨੇਰ ਕੋਨ ਤੋ ਦੇਖਣ ਦੀ ਜ਼ਰੂਰਤ ਹੈ ਕਿ ਇਲ ਫਲੂਸੋ ਫਲੂਸੋਨ ਦਾ ਵਹਾ ਦੈਲਾ ਸਰਕੂਲਾਸੀਓਨੇ ਕਿ ਜਿਹੜਾ ਵਹਾ ਵਾ ਕਦਾ ਆਵਾ ਜਾਈਦਾ ਵੇਨੇ ਸਪੇਸੋ ਇੰਟਰਲ ਇੰਟਰਲਾਚਾਤੋ ਓ ਇੰਟਰੋਤੋ ਦਾ ਵੀਕੋਲੀ ਕੇ ਸੋਨੋ ਫੇਰਮੀ ਕਿ ਜਿਹੜੀ ਕਹਿੰਦਾ ਕਿ ਫਲੂਸੋ ਜਿਹੜਾ ਵਹਾ ਵਾ ਦਲਤੀ ਸੁਪਰਸੋਨਰ ਆਵਾਜ਼ੇ ਦਾ ਵੇਨ ਸਪੇਸ ਅਕਸਰ ਇੰਤਰਾਲਚਾਹ ਤੋਂ ਇੰਤਰੋ ਤੋਂ ਜਾਂ ਰੁਕਾਵਟ ਬਣ ਸਕਦਾ ਵਾ ਦਾਵੀ ਕੋਲੀ ਵਾਹਣਾ ਦੁਆਰਾ ਕਿ ਸੋਨੋ ਫੇਰਮੀ ਜੋ ਰੁਕੀਆਂ ਨੇ ਕਿ ਭਾਰਤ ਨੂੰ ਉਹ ਕੰਬੀਓਣੋ ਦ੍ਰਿਸ਼ਿਓਣੇ ਕਿ ਜੋ ਰੁਕੀਆਂ ਨੇ ਜੋ ਰਵਾਨਾ ਹੋਣੀਆਂ ਨੇ ਜਾਂ ਜਿਨ੍ਹਾਂ ਨੇ ਡਾਇਰੈਕਸ਼ਨ ਚੇਂਜ ਕਰਨੀਆਂ ਬਿਲਕੁਲ ਜੀ ਹੋ ਸਕਦਾ ਵਾ ਇੰਤਰਾਤੀ ਇਨੋਂ ਚੈਂਟਰ ਆਬਿਟਾਟੋ ਦੀ ਰੋਦੋਸੀ ਚੈਂਟਰ ਆਬਿਟਾਟੋ ਦੇ ਵਿੱਚ ਐਂਟਰ ਹੁੰਦੇ ਹੋ ਰਿਆਸ਼ੀ ਖੇਤਰ ਦੇ ਵਿਬੀਜ਼ੋਨੀਆ ਜਰੂਰ ਤੇ ਆ ਤਨੇ ਰਕੋਂਤੋ ਦੇਖ ਲਈ ਕਿ ਆਲਤਰੀ ਉਤੈਂਟੀ ਦੈਲਾ ਸਟਰਾਟਾ ਜਿਹੜੇ ਹੋਰ ਸੜਕਾਂ ਦੀ ਵਰਤੋਂ ਕਰ ਰਹੇ ਨੇ ਹੁਣ ਜਦੋਂ ਤੁਸੀਂ ਜਦੋਂ ਇਹੋ ਜੀ ਚੀਜ਼ਾਂ ਪੜਦੇ ਹੋ ਨਾ ਆਪਣੇ ਹਿਸਾਬ ਨਾਲ ਅੰਦਾਜ਼ਾ ਲਾਇਆ ਕਰੋ ਸੜਕਾਂ ਦੇ ਵਿੱਚ ਜਦੋਂ ਸ਼ਹਿਰਾਂ ਦੇ ਵਿੱਚ ਜਿਹੜੇ ਸੜਕਾਂ ਵਾਂ ਤੁਹਾਡੇ ਸ਼ਹਿਰ ਲਾ ਜਿੱਥੇ ਤੁਸੀਂ ਰਹਿੰਦੇ ਹੋ ਉਤੇ ਸਿਰਫ ਗੱਡੀਆਂ ਹੀ ਥੋੜਾ ਸੜਕਾਂ ਦੀ ਵਰਤੋਂ ਕਰ ਰਹੀਆਂ ਪੈਦਲ ਚੱਲਣ ਵਾਲੇ ਵੀ ਕਰਨ ਤੇ ਸੈਕਾ ਚਲਣ ਵਾਲੇ ਵੀ ਕਰ ਰਹੇ ਹਰ ਕੋਈ ਕਰ ਰਿਹਾ ਬਿਜ਼ੋਨਿਓ ਤਨਿਰ ਕੋਂਟੋ ਕਿ ਦੇਖਣ ਦੀ ਜ਼ਰੂਰਤ ਹੈ ਕਿ ਦੀ ਹਾਲਤ ਰੂਤੇਂ ਦੀ ਦਰਾ ਸਦਾ ਕਿ ਜਿਹੜੇ ਹੋਰ ਸੜਕਾਂ ਦੀ ਵਰਤੋਂ ਕਰ ਰਹੇ ਨੇ ਕੁਆਲੀ ਪੈਦੋਨੀ ਐ ਟਿਕਲਿਸ ਦੀ ਕਿ ਜਿਹੜੇ ਪੈਦੋਨੀ ਪੈਦਲ ਹੈ ਤੇ ਟਿਕਲਿਸ ਸੈਕਾ ਚਲਣ ਵਾਲਿਆ ਸੀ ਮਿਸਕੋਲਾ ਨੂੰ ਮਿਸਕੋਲਾ ਨੂੰ ਕਿ ਜਿਹੜੇ ਮਿਕਸ ਹੋ ਜਾਂਦੇ ਆ ਮਜਰਮੈਂਤੇ ਪਜਰਮੈਂਤੇ ਕਿ ਭਾਰੀ ਤੌਰ ਤੇ ਕੋਨ ਇਲ ਟ੍ਰਾਫੀਕੋ ਮੋਟੋਰੀਜ਼ਾਟੋ ਕੀ ਜਿਹੜੇ ਟ੍ਰਾਫੀਕੋ ਮੋਟੋਰੀਜ਼ਾਟੋ ਕੀ ਜਿਹੜੇ ਗੱਡੀਆਂ ਤੇ ਜਿਹੜੇ ਵਾਹਨਾਂ ਤੇ ਚੱਲਦੇ ਪਈ ਆ ਜਿੰਨਾ ਵਾਹਨਾਂ ਨੂੰ ਮੋਟਰ ਲੱਗੀ ਹੈ ਜਿਹੜੇ ਉਹਨਾਂ ਦੇ ਚੱਲਦੇ ਪਈ ਆ ਜਿਹੜੇ ਪੈਦੌਣੀਆਂ ਤੇ ਸਾਈਕਲਿਸਤੀ ਆ ਉਹ ਜਿਹੜੇ ਭਾਰੀ ਤੌਰ ਤੇ ਉਹਨਾਂ ਦੇ ਵਿੱਚ ਮਿਕਸ ਹੋ ਜਾਂਦੇ ਆ ਹੋ ਜਾਂਦੀ ਕਿਉਂਕਿ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਤੁਹਾਨੂੰ ਹੁਣ ਸ਼ਹਿਰ ਤੋਂ ਬਾਹਰ ਚੱਲ ਜਿਓ ਤਾਂ ਤੁਹਾਨੂੰ ਬਹੁਤ ਘੱਟੇ ਚਾਂਸ ਹੋਣਗੇ ਤੁਹਾਨੂੰ ਪੈਦੌਣੇ ਮਿਲਣ ਪੈਦੌਣੇ ਮਿਲਣ ਜਾਂ ਸਾਈਕਲਿਸਤੀ ਮਿਲਣ ਪਰ ਸ਼ਹਿਰ ਦੇ ਵਿੱਚ ਤਾਂ ਤੁਹਾਨੂੰ ਮਿਲ ਨਹੀਂ ਮਿਲਨੇ ਆ ਕਿਉਂਕਿ ਕੰਮ ਆ Kamek Teacher deve fare in un centro abitato e che centro abitato deve bisogna essere più attenti gerurti a giada tian uh, prudenti più attenti giada sabna rendi prudenti tian tendi e tolleranti tolleranti che hundava sensi il hundi a causa di maggior numero di utenti che interagiscono nell'ambiente ਅਰਬਾਨੂ ਸੋ ਕਹਿੰਦਾ ਕਿ ਅਕੌਜ਼ਾ ਅਕੌਜ਼ਾ ਕੀ ਕਿਸ ਕਾਰਨ ਦਲ ਮਜੋਰ ਨੁਮਰ ਦੀ ਉਤੈਂਤੀ ਕਿ ਜਿਹੜੇ ਜਿਆਦੇ ਜਿਹੜੇ ਲੋਕ ਨੇ ਮਜੋਰ ਨੁਮਰ ਦੀ ਉਤੈਂਤੀ ਉਤੈਂਤੀ ਕਿ ਨਾਲ ਦੇ ਲਈ ਵਰਤੇ ਆ ਗਿਆ ਵਾ ਫਿਰ ਬਾਰਤਾਂ ਨੂੰ ਬਾਰ ਬਾਰ ਤਾਦਸ ਹੈ ਇਨ ਤੇ ਉਤੈਂਤੀ ਉਹਨਾਂ ਦੀ ਵਰਤੇ ਆ ਗਿਆ ਕਿ ਜਿਹੜੇ ਸੜਕ ਦੀ ਵਰਤੋਂ ਕਰ ਰਹੇ ਨੇ ਅੱਗੇ ਕਹਿੰਦਾ ਕਿ ਇੰਟਰੈਕਟਿਸਕੋ ਨੈਲ ਅੰਬੀਐਂਟੇ ਉਰਬਾਨੋ ਇੰਟਰੈਕਟਿਸਕੋ ਨੈਲ ਅੰਬੀਐਂਟੇ ਉਰਬਾਨੋ ਕਿ ਜਿਹੜੇ ਅ ਇਥੇ ਵੀ ਤੁਸੀਂ ਦੇਖੋ ਜਿਹੜੇ ਅ ਟੋਲ ਰਾਂਤੀ ਕੇ ਜਿਹੜੇ ਇੰਟਰੈਕਟਿਸਕੋ ਨੈਲ ਅੰਬੀਐਂਟੇ ਉਰਬਾਨੋ ਕਿ ਜਿਹੜੇ ਉੱਥੇ ਰੁਕ ਜਾਂਦੇ ਆ ਜਾਂ ਸੜਕ ਦੇ ਵਰਤੋਂ ਦੇ ਜਾਂ ਕਿਸੇ ਕਾਰਨ ਰੁਕ ਜਾਂਦੇ ਆ ਜਾਂ ਨਿਕਲਦੇ ਆ ਜਿੰਨ ਦੀ ਗੱਡੀ ਆਪਣੀ ਰੋਕ ਲੈਂਦੇ ਆ ਜਾਂ ਗੱਡੀ ਆਪਣੀ ਅ ਕਿਉਂਕਿ ਇਹ ਸਾਰੀ ਚੀਜ਼ ਨੂੰ ਕੰਪਲੀਟ ਕਰਦਾ ਵਾ ਗੱਡੀ ਆਪਣੀ ਪਾਰ ਰਵਾਨਾ ਹੁੰਦੇ ਆ ਜਾਂ ਡਾਇਰੈਕਸ਼ਨ ਚੇਂਜ ਕਰਦੇ ਆ ਜਾਂ ਕੋਈ ਵੀ ਕਾਰਨ ਆ ਕਿਉਂਕਿ ਜਦੋਂ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਹੋ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਪਤਾ ਸਾਵਧਾਨ ਧਿਆਨ ਨਾਲ ਤੇ ਟੋਲਰੈਂਸ ਤੇ ਕਿ ਸਹਿਨਸ਼ੀਲ ਹੋਣ ਦੀ ਲੋੜ ਹੈ ਕਿਉਂਕਿ ਉੱਥੇ ਤੁਹਾਨੂੰ ਇਹ ਚੀਜ਼ਾਂ ਬਹੁਤ ਮਿਲਦੀਆਂ ਵਾ ਤੁਹਾਨੂੰ ਵੀ ਪਤਾ ਵਾ ਸੋ ਇਹਦੇ ਲਈ ਉਹ ਚੀਜ਼ ਵਰਤੀ ਗਈ ਹੈ ਠੀਕ ਹੈ ਜੀ ਹੁਣ ਮੰਨ ਲਓ ਤੁਸੀਂ ਘਰੋਂ ਚੱਲਦੇ ਹੋ ਗੱਡੀ ਦੇ ਵਿੱਚ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਕਿਤੇ ਸ਼ਹਿਰ ਜਾ ਕੇ ਵੇਖ ਲਓ ਤੁਹਾਨੂੰ ਗੱਡੀ ਇਧਰੋਂ ਲੰਘਦੀ ਮਿਲਣੀ ਆ ਤੁਹਾਡੇ ਅੱਗੇ ਫਰੰਟ ਵਾਲੀ ਗੱਡੀ ਰੁੱਕ ਜਾਣੀ ਆ ਤੇ ਤੁਸੀਂ ਇੱਕ ਸਪੀਡ ਤੇ ਨਹੀਂ ਰਹਿ ਸਕਦੇ ਸੋ ਤੁਹਾਨੂੰ ਉੱਥੇ ਬੜੇ ਧਿਆਨ ਦੇਣ ਦੀ ਜ਼ਰੂਰਤ ਹੈ ਪੂਰੀ ਗੱਲ ਕਹਿਣ ਦਾ ਭਾਵ ਇਹ ਆ ਇਹਦਾ ਐਂਤਰਾਂਡੋ ਇਨ ਉਨ ਚੈਂਟਰੋ ਅਬਿਟਾਟੋ ਜੂ ਚੈਂਟਰੋ ਅਬਿਟਾਟੋ ਐਂਟਰ ਹੁੰਦੇ ਬਿਜ਼ੋ ਹੋਣੀ ਆ ਜ਼ਰੂਰਤ ਹੈ Continuare a mantenere la concentrazione, ve logica la guida, anche se potrebbe aumentare i motivi per distrarsi. Ti antenala. Quando mm -hmm. qui entrando, ci devo entrare un dio. In un centro abitato. E che centro abitato devo? Bisogna, giurtia, continuare, continuo, continuare la uh, gatar, a mantenere la ਲਾ ਕਨਸੈਂਟ੍ਰੇਸ਼ਨ ਹੈ ਕਨਸੈਂਟ੍ਰੇਸ਼ਨ ਅਲੱਗੂ ਹੀ ਦਾ ਡਰਾਈਵ ਤੇ ਅੰਕ ਕੇ ਸੇ ਪੋਤਰੇਪੇ ਆਉਮੈਂਟਾਰੇ ਅਗਰ ਪਦ ਵੀ ਜਾਵੇ ਇਹ ਮੋਤੀ ਵੀ ਜਿਹੜੇ ਕਾਰਨ ਆ ਪੇ ਇਸ ਤਰ੍ਹਾਂ ਸੀ ਕਿ ਤੁਹਾਨੂੰ ਪਟਕਾਉਂਦੇ ਜਿਹੜਾ ਤੁਸੀਂ ਪਟਕ ਸਕਦੇ ਹੋ ਉਹ ਅਗਰ ਜਿਹੜੇ ਕਾਰਨਵਾਦ ਵੀ ਆਣਾ ਪਟਕੋ ਕੀਦਾ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਦੁਕਾਨਾਂਾਂ ਹੀ ਬੜੀਆਂ ਸੋਹਣੀਆਂ ਸੋਹਣੀਆਂ ਕੱਪੜਿਆਂ ਵਾਲੀਆਂ ਕਿਤੇ ਇੱਧਰ ਕਿਤੇ ਉੱਧਰ ਬੰਦੇ ਦਾ ਧਿਆਨ ਆਟੋਮੈਟਿਕਲੀ ਪਟਕਾ ਰੰਦਾ ਤੁਹਾਨੂੰ ਵੀ ਪਤਾ ਸ਼ਹਿਰ ਦੇ ਵਿੱਚ ਐਂਟਰ ਅਸੀਂ ਵੀ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਹਾਂ ਗੱਡੀ ਹੌਲੀ-ਹੌਲੀ ਰੱਖਦੇ ਆ ਸਾਡਾ ਧਿਆਨ ਵੀ ਦੁਕਾਨਾਂ ਵਾਲੀ ਹੁੰਦਾ ਉਹ ਕੋਟ ਕਿਡਾ ਵਧੀਆ ਕੋਟ ਪੈਂਟ ਕਿਡਾ ਉਧਰ ਲੱਗੇ ਯੋ ਐਣਗਾ ਕਿੱਦਿਆ ਸੋਹਣੇ ਲੱਗੇ ਇਹ ਕੁਝ ਕਹਿੰਦਾ ਕਿ ਜਦੋਂ ਇਹ ਵੀ ਚੀਜ਼ਾਂ ਹੋਣ ਜੋ ਕੀ ਤੁਹਾਡਾ ਧਿਆਨ ਭੜਕਾ ਸਕਦੀਆਂ ਨੇ ਪਰ ਜਿਹੜਾ ਤੁਹਾਨੂੰ ਕਨਸੈਂਟਰੇਸ਼ਨ ਲਗਾਤਾਰ ਆਪਣੀ ਡਰਾਈਵ ਵਾਲੀ ਕਰਨਾ ਚਾਹੀਦਾ ਵਾ ਤੇ ਇਹ ਜ਼ਰ ਜੋ ਕਿ ਕਿੰਨਾ ਵੀ ਐਕਸਪਰਟ ਹੋਵੇ ਜੇ ਉਹ ਧਿਆਨ ਭਟਕਦਾ ਹੋਣਾ ਤੇ ਗੱਡੀ ਗਲਤ ਰਾਹੇ ਪੈਂਦੀ ਹੀ ਪੈਂਦੀ ਆ ਸੋ ਜਿਹੜਾ ਬਹੁਤ ਐਕਸਪਰਟ ਹੋਊਗਾ ਗੱਡੀ ਚਲਾਉਣ ਦੇ ਵਿੱਚ ਜਿਹਨੂੰ ਐਕਸਪੀਰੀਅੰਸ ਹੋਊਗਾ ਚੰਗਾ ਉਹ ਤਾਂ ਓਖਾ ਸੋਖਾ ਹੋ ਕੇ ਹੋ ਸਕਦਾ 90% ਚਾਂਸ ਬਚਾ ਕਰ ਲੂਆ ਤੇ ਜਿਹੜਾ ਨਵਾਂ ਵਾ ਤੇ ਉਹ ਦੇਖੋ ਤੇ ਬਚਾ ਕਰਨਾ ਓਖਾ ਹੋ ਜਾਣਾ ਅੱਗੇ ਦੋ ਵੇਰੀ ਦਲ ਕੰਡੂਜੈਂਤੇ ਵਾਰੀ ਵਾਰੀ ਕੰਪੋਰਟਮੈਂਟੀ ਦੀ tenere sulla strada va pare vari da bi pin comportamenti da bi varia da tenere raccanda sulla strada cercate alla guida di un veicolo conducente deve procedere a bassa velocità sopra le posanghere che che alla guida che gli drive traio il alla guida di un veicolo che gli do da un traio carda il conducente ਦੇ ਵੀ ਪ੍ਰੋcedure ਆ ਪਾਸਾ ਵੇਲੋਚਤਾ ਕੀ ਉਹ ਨੂੰ ਜਿਹੜਾ ਵਾ ਕਿ ਕੱਟ ਸਪੀਡ ਵਿੱਚ ਜਿਹੜਾ ਵਾ ਚੱਲਣਾ ਚਾਹੀਦਾ ਵਾ ਠੀਕ ਹੈ ਜੀ ਕੱਟ ਸਪੀਡ ਵਿੱਚ ਪਾਲਣਾ ਚਾਹੀਦਾ ਸੋਪਰਾਲੇ ਪੋਸੰਘੇਰੇ ਪੋਸੰਘੇਰੇ ਵੈਸੇ ਜਿਹੜਾ ਮੈਂ ਤੁਹਾਨੂੰ ਦੱਸਦਾ ਵਾਂ ਪੋਸੰਘੇਰੇ ਉਂਝ ਤੇ ਮਤਲਬ ਹੁੰਦਾ ਛੱਪੜ ਪਰ ਇੱਥੇ ਕੀ ਮਤਲਬ ਹੈ ਕਿ ਜਦੋਂ ਤੁਹਾਨੂੰ ਪਤਾ ਪਾਣੀ ਇਕੱਠਾ ਨਹੀਂ ਹੋਇਆ ਹੁੰਦਾ ਸੜਕ ਤੇ ਜਦੋਂ ਪਾਣੀ ਇਕੱਠਾ ਹੋਇਆ ਹੁੰਦਾ ਵਾ ਇਹ ਉਦੋਂ ਦੀ ਗੱਲ ਜਦੋਂ ਸੜਕਾਂ ਤੇ ਪਾਣੀ ਇਕੱਠਾ ਹੋ ਜਾਂਦਾ ਵਾ ਉਦੋਂ ਤੇ ਉਦੋਂ ਕਿਉਂਕਿ ਜਦੋਂ ਤੁਸੀਂ ਸਪੀਡ ਨਾਲ ਚਾਹੋਗੇ ਆਪਣੀ ਸਪੀਡ ਉਹੀ ਰੱਖੋਗੇ ਤੇ ਪਾਣੀ ਲੋਕਾਂ ਤੇ ਪਊਗਾ ਕਿ ਨਹੀਂ ਪਊਗਾ ਤੇ ਉਹ ਵੀ ਫੇਰ ਅੱਗੇ ਗਾਲਾਂ ਹੀ ਕੱਢਣਗੇ ਸੋ ਇਹਨਾਂ ਚੰਗਾ ਕਹਿਨ ਦਾ ਭਾਵ ਹੈ ਕਿ ਉਹ ਇਹੀ ਕਹਿਣਾ ਚਾਹੁੰਦਾ ਕਿ ਤੁਹਾਨੂੰ ਹੋਰ ਸਪੀਡ ਦੇ ਵਿੱਚ ਜਾਣਾ ਚਾਹੀਦਾ ਵਾ ਸੋ ਜਦੋਂ ਅਸੀਂ ਦੇਖਦੇ ਹਾਂ ਅੱਗੇ ਹੈਗਾ ਜੀ ਕੰਪੋਰਟਮੈਂਟੀ ਵਿਵਹਾਰ ਦਾਤ ਨੇ ਰੱਖਣ ਦਾ ਵੈਰਸੋ ਲੀ ਆਲਤਰੀ ਉਟੈਂਟੀ ਦੈ ਲਾਸਟਰਾ ਕਿ ਵਰਸੋ ਜਿਹੜਾ ਵਿਵਹਾਰ ਤੁਸੀਂ ਰੱਖਣਾ ਵਾ ਬੈਰਸੋਲੀ ਹਾਲਤ ਉਤੇ ਇੰਦੀ ਲਾਸਤ ਰੱਖੀ ਜਿਹੜੀ ਸੜਕ ਦੀ ਵਰਤੋਂ ਕਰ ਜਿਹੜੇ ਹੋਰ ਸੜਕ ਦੀ ਵਰਤੋਂ ਕਰ ਰਹੇ ਨੇ ਉਹਨਾਂ ਵੱਲ ਤੁਸੀਂ ਕਿਹੜਾ ਵਿਵਹਾਰ ਰੱਖਣਾ ਵਾ ਇਹ ਹੋਣਾ ਇਲ ਕੋਂਡੂ ਚੈਂਤੇ ਦੀ ਉਨ ਵੀ ਇਕ ਲੋ ਜਿਹੜਾ ਡਰਾਈਵਰ ਹੈ ਇੱਕ ਗੱਡੀ ਦਾ 올트ਰੇ ਆ ਰਿਸਪੇਟਾਰੇਲੇ ਨੋਰਮੇ 올트ਰੇ ਆ ਰਿਸਪੇਟਾਰੇਲੇ ਨੋਰਮੇ ਕਿ ਜਿਹੜੇ ਸੜਕ ਦੇ ਕਾਨੂੰਨ ਨੇ ਆ ਉਹਨਾਂ ਦੀ ਪਾਲਣਾ ਕਰਦੇ ਹੋਏ ਸਪੈਸੀਫਿਕੇ ਡੈਲਾ ਸਰਕੂਲਸੋਨੇਗੀ ਜਿਹੜੇ ਦੱਸੇ ਗਏ ਨੇ ਆਵਾਜ਼ ਲਈ ਦੇਵੇ ਤਨੇ ਰਿਉਨ ਰਪੋਰਟੋ ਕੋਰੈਕਟ ਕਿ ਉਹ ਨੂੰ ਇੱਕ ਜਿਵਹਾਰ ਆਪਣਾ ਸਹੀ ਰੱਖਣਾ ਚਾਹੀਦਾ ਹੈ ਉਪੇ ਟੋਲੇਰਾਂਤੇ ਅਤੇ ਜਿਹੜਾ ਸ਼ਹਿਨਸ਼ੀਲ ਹੋਣ ਦਾ ਉਹ ਵੈਰਸੋਲੀ ਆਲਤਰੀ ਉਤੈਂਟੀ ਡੈਲਾ ਸਟਰਾਦਾ ਕਿ ਜਿਹੜੇ ਬਾਕੀ ਸੜਕਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਦੇ ਲਈ ਠੀਕ ਹੈ ਜੀ ਉਹਨਾਂ ਵੱਲ ਜहाँ ਉਹਨਾਂ ਦੇ ਲਈ ਐਦਾ ਕਹੋ ਕਵਾਂਦੋ ਸੀ ਅਵਿਚੀਦਾ ਅਦੋਂ ਇਨਕਰੋਚੋ ਕਿ ਜਿੱਦਾਂ ਤੁਸੀਂ ਨੇੜੇ ਹੁੰਦੇ ਹੋ ਇੱਕ ਇਨਕਰੋਚੋ ਦੇ ਇੱਕ ਇਨ ਕਰੋਚੋ ਕੈਲੋ ਜਾਂ ਚੌਰਾਸਤਾ ਕੈਲੋ ਜਾਂ ਚੁਰਾਹਾ ਕੈਲੋ ਜਿੰਦਾ ਤੋਂ ਠੀਕ ਲੱਗਦਾ ਵਾ ਇਲ ਕੋਂਡੂਚੈਂਤੇ ਦੇਵੇ ਸੇਮਪਰੇ ਉਸਾਰੇਲਾ ਮਾਸੀਮਾ ਪ੍ਰੂਡੈਂਸਾ ਜਿਹੜਾ ਡਰਾਈਵਰ ਆ ਉਹਨੂੰ ਹਮੇਸ਼ਾ ਜਿਹੜਾ ਬਹੁਤ ਧਿਆਨ ਵਰਤਨ ਦੀ ਲੋੜ ਆ ਅਨਕੇ ਕਵਾਂਡੋ ਲੀ ਆਲਤਰੀ ਕੋਂਡੂਚੈਂਤੇ ਦੇਵੋਨੋ ਦਾਰਲੀ ਲਾ ਪ੍ਰੇਟੇਂਸਾ ਅਨਕੇ ਕਿ ਕੰਦਾ ਕਿ ਜਦੋਂ ਅਨਕੇ ਕਵਾਂਡੋ ਲੀ ਆਲਤਰੀ ਕੋਂਡੂਚੈਂਤੇ ਦੇਵੋਨੋ ਦਾਰਲੇ ਆ ਪ੍ਰੇਟੇਂਸਾ ਕਿ ਜਦੋਂ ਜਿਹੜੇ ਬਾਕੀ ਜਿਹੜੇ ਡਰਾਈਵਰ ਆ ਉਨੂੰ ਪਹਿਲ ਦੇਣ ਦੇ ਪਏ ਆ ਉਦੋਂ ਵੀ ਉਦੋਂ ਵੀ ਕਿਉਂਕਿ ਅੱਕੇ ਦੀ ਗੱਲ ਆਈ ਹੈ ਉਦੋਂ ਵੀ ਕਿਉਂ ਤੁਸੀਂ ਇਮੇਜਨ ਕਰੋ ਕਿ ਤੁਸੀਂ ਚੌਂਕ ਤੋਂ ਲੰਘਦੇ ਪਏ ਹੋ ਤੁਹਾਡੀ ਪਹਿਲੇ ਤੁਹਾਨੂੰ ਸਾਰਾ ਪਹਿਲ ਦਿੰਦੇ ਪਏ ਆ ਤੁਸੀਂ ਪ੍ਰਵਾਹ ਨਹੀਂ ਕਰਦੇ ਗੱਡੀ ਆਪਣੀ ਕਹਿੰਦੇ ਕਿ ਚਲੋ ਠੀਕ ਹੈ ਮੈਨੂੰ ਪਹਿਲੇ ਮਨ ਲੱਗ ਜਾਣਾ ਵਾ ਬਾਕੀ ਤੁਹਾਨੂੰ ਪਹਿਲ ਦਿੰਦੇ ਪਏ ਇਧਰੋਂ ਕੋਈ ਗੱਡੀ ਆ ਕੇ ਉਹਨੂੰ ਨਾ ਪਤਾ ਹੋਵੇ ਤੁਹਾਡੀ ਪਹਿਲੇ ਤੇ ਉਹ ਵੀ ਆ ਜੇ ਤੁਹਾਡੀ ਟੱਕਰ ਹੋਈ ਤੇ ਨਹੀਂ ਹੋਈ ਤੁਹਾਨੂੰ ਹਮੇਸ਼ਾ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਅੱਗੇ ਜੀ ਇਲ ਕੋਂਡੂਚੀਂਤੇ ਦੂਨ ਵਿਕੋਲੋ ਕੇ ਤੇਗੇ ਆਪਾ ਇਲ ਕੋਂਡੂਚੀਂਤੇ ਦੂਨ ਵਿਕੋਲੋ ਦੇਵੇ ਤੂਤੇਲਾਰੇ ਲਾ ਪ੍ਰੋਪਰੀਆ ਆਲਤਰੂਈ ਸਿਕੁਰੇਸਾ ਸੋ ਜਿਹੜਾ ਕੋਂਡੂਚੀਂਤੇ ਦੇ ਵਿਕੋਲੋ ਆ ਜਿਹੜਾ ਗੱਡੀ ਜਿਹੜਾ ਡਰਾਈਵਰ ਆ ਗੱਡੀ ਦਾ ਦੇਵੇ ਤੂਤੇਲਾਰੇ ਸੋ ਤੂਤੇਲਾਰੇ ਦਾ ਮਤਲਬ ਹੁੰਦਾ ਵਾ ਜੀ ਜਿਹੜੇ ਉਹਨੂੰ ਸੁਰੱਖਿਆ ਕਰਨੀ ਚਾਹੀਦੀ ਆ ਲਾ ਪ੍ਰੋਪਰੀਆ ਆਪਣੀ ਜਿਹੜੀ ਜਿਹੜਾ ਕੁੰਦੂ ਚਿੰਤੇ ਜਿਹੜਾ ਵਹੀਕਲ ਦਾ ਦੇਵੇ ਤੂਤੇ ਲਾਰੇ ਲਾ ਪ੍ਰੋਪਰੀਆ ਕਿ ਉਹਨੂੰ ਆਪਣੀ ਸੁਰੱਖਿਆ ਕਰਨੀ ਚਾਹੀਦੀ ਹੈ ਇਹ ਅਲਤਰੂਈ ਸਿਕਰੇਸਾ ਅਤੇ ਬਾਕੀਆਂ ਦੀ ਵੀ ਠੀਕ ਹੈ ਜੀ ਆਪਣੀ ਤੇ ਬਾਕੀਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਇਲ ਕੁੰਦੂ ਜੈਂਤੇ ਡਰਾਈਵਰ ਹੈ ਜਿਹੜਾ ਦਿਉਨ ਵਹੀਕਲੋ ਇੱਕ ਵਾਹਨ ਦਾ ਦੇਵੇ ਰਿਸਪੇਟਾਰੇ ਉਸਨੂੰ ਪਾਲਣਾ ਕਰਨੀ ਚਾਹੀਦੀ ਹੈ ਲੀ ਅ ਜੈਂਤੀ ਦਾ ਟ੍ਰੈਫੀਕੋ ਟ੍ਰੈਫੀਕੋ ਐ ਕੋਲਾਬੋਰਾਰੇ ਕੋਨੇਸੀ ਹੁਣ ਮੇਰੀ ਗੱਲ ਸੁਣੋ ਕਹਿੰਦਾ ਕਿ ਜਿਹੜਾ ਡਰਾਈਵਰ ਆ ਦੀ ਉਹਨੂੰ ਵੀਕੋ ਲੋ ਵਾਹਨ ਦਾ ਦੇਵ ਰਿਸਪੇਟਾਰੇ ਕਿ ਉਹਨੂੰ ਜਿਹੜੀ ਪਾਲਣਾ ਕਰਨੀ ਚਾਹੀਦੀ ਆ ਲੀ ਅਜੈਂਤੀ ਦਲ ਟ੍ਰੈਫੀਕੋ ਅਜੈਂਤੀ ਦਲ ਟ੍ਰੈਫੀਕੋ ਗੀਓ ਕਿ ਜੇਬਾ ਟ੍ਰੈਫੀਕੋ ਪੂਲਸਾ ਲਾ ਲੋ ਇਹ ਕੋਲਾਬੋਰਾਰੇ ਕਿ ਉਹਨਾਂ ਨੂੰ ਉਹਨੂੰ ਕੋਲਾਬੋਰੇਟ ਕਰਨਾ ਚਾਹੀਦਾ ਵਾ ਕਿ ਕਵਰਾ ਕਿ ਉਹਨਾਂ ਨਾਲ ਸਹਿਮਤ ਹੋਣਾ ਚਾਹੀਦਾ ਕੋਣ ਐਸਸੀ ਕਿ ਉਹਨਾਂ ਦੇ ਨਾਲ ਠੀਕ ਆ ਜੀ ਅੱਗੇ ਹੈਗਾ ਜੀ ਇਲ ਕੋਨਡੂਚੈਂਤੇ ਡਰਾਈਵਰ ਜਿਹੜਾ ਦੇਨ ਵਹੀਕਲੋ ਇੱਕ ਵਾਹਨ ਦਾ ਦੇਵੇ ਚਿਰਕਾਰੇ ਦੀ ਪ੍ਰੇਵੇ ਦੇਰ ਇਲ ਕੰਪੋਰਟਮੈਂਟੋ ਦੈਲੀ ਆਲਤਰੀ ਉਦੈਂਟੀ ਦੈਲਾ ਸੜਕਾ ਕੀ ਦੇਵੇ ਚਿਰਕਾਰੇ ਕਿ ਉਸ ਨੂੰ ਜਿਹੜਾ ਵਾ ਕਿ ਇੱਥੇ ਆਗੇ ਦੀ ਪ੍ਰੇਵੇ ਦੇਰ ਉਸ ਨੂੰ ਦੇਖਣ ਦੀ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਆ ਇਲ ਕੰਪੋਰਟਮੈਂਟੋ ਜਿਤਨਾ ਵੀ ਵਿਹਾਰ ਆ ਬਿਹੇਵੀਅਰ ਦੈਲੀ ਆਲਤਰੀ ਉਦੈਂਟੀ ਕੀ ਜਿਹੜੇ ਬਾਕੀ ਸੜਕਾ ਦੀ ਵਰਤੋਂ ਕਰ ਰਹੇ ਨੇ ਹੁਣ ਮੇਰੀ ਗੱਲ ਸੁਣੋ ਮੈਂ ਇੰਕਾ ਟੀਚ ਲਾ ਰਿਹਾ ਵਾ ਮੇਰੇ ਅੱਗੇ ਇੱਕ ਗੱਡੀ ਆ ਹੁਣ ਅਗਰ ਮੈਂ ਆਪਣੀ ਗੱਡੀ ਇੱਕ ਨੋਰਮਲ ਸਪੀਡ ਤੇ ਨਹੀਂ ਰੱਖਦਾ ਗੱਡੀ ਆਪਣੀ ਧਿਆਨ ਨਾਲ ਨਹੀਂ ਚਲਾਉਂਦਾ ਅਗਲਾ ਬੰਦਾ ਬਿਨਾ ਇੰਡੀਕੇਟਰ ਲਾਏ ਇੱਧਰ ਨੂੰ ਮੋੜ ਜਾਂਦਾ ਵਾ ਤੇ ਗਲਤੀ ਮੇਰੀ ਨਹੀਂ ਗਲਤੀ ਉਹ ਦੀ ਨਹੀਂ ਗਣੀ ਆਣੀ ਗਲਤੀ ਫਿਰ ਵੀ ਮੇਰੀ ਹੀ ਗਣੀ ਜਾਣੀ ਆ ਕਾਫੀ ਹੱਦ ਤੱਕ ਕਿ ਮੈਂ ਜਿਹੜਾ ਪਿੱਛੇ ਗੱਡੀ ਚਲਾ ਰਿਆ ਸੀ ਮੈਂ ਧਿਆਨ ਕਿਉਂ ਨਹੀਂ ਦਿੱਤਾ ਮੈਨੂੰ ਵੇਖਣਾ ਚਾਹੀਦਾ ਮੈਨੂੰ ਵੀ ਤਾਂ ਆਪਣੀ ਸਪੀਡ ਸਹੀ ਰੱਖਣੀ ਚਾਹੀਦੀ ਸੀ ਸੋ ਇਹਦੇ ਵਿੱਚ ਜਿਹੜਾ ਉਹਦਾ ਉਹਦਾ ਬਿਹੇਵੀਅਰ ਮੈਨੂੰ ਸਮਝਣਾ ਚਾਹੀਦਾ ਵਾ ਜਿਹੜੇ ਸੜਕਾਂ 'ਤੇ ਵਰਤੋਂ ਕਰ ਰਹੇ ਆ ਕੋਈ ਇਧਰੋਂ ਚੱਲ ਕੇ ਆ ਰਿਹਾ ਉਧਰ ਚੱਲ ਕੇ ਆ ਰਿਹਾ ਮੈਂ ਆਪਣੀ ਗੱਡੀ ਚਲਾ ਰਿਹਾ ਪਰ ਮੈਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਉਹਦੀ ਕੀ ਕੰਪੋਰਟਮੈਂਟ ਉਹ ਕੀ ਵਿਵਹਾਰ ਰਿਹਾ ਇਲ ਕੋਂਡੂਚੈਂਤੇ ਡਰਾਈਵਰ ਦੀ ਉਹਨੂੰ ਵੀ ਇਕ ਵਾਹਨ ਦਾ ਦੇਵੇ ਇਸਰੇ ਪਾਸ਼ੀਐਂਤੇ ਕਿ ਉਹਦੇ ਵੀ ਬਹੁਤ ਪੇਸ਼ੈਂਸ ਹੋਣਾ ਚਾਹੀਦਾ ਵਾ ਇਹ ਟੋਲੇਰਾਂਤੇ ਕਿ ਉਹ ਜਿਹੜਾ ਟੋਲੇਰਾਂਤੇ ਜਿਹੜੇ ਬਰਦਾਸ਼ਤ ਕਰਨ ਦੇ ਸ਼ੈਨਸ਼ੀਲ ਜਿਹਨੂੰ ਕਹਿੰਦੇ ਆ anche in caso di rallentamento della circolazione x jada conducente driver di un veicolo caval deve essere paziente che o che patience hona chahiye va e tollerante e tollerante hona chahiye anche in caso di rallentamento della circolazione x di to circola se uno quando avval jayegi quando holi ya is mamle vich vi is mamle vich vi usnu jada va patient hona chahiye te tollerante hona chahiye va agge ਇਹਦੇ ਕਾਫੀ ਆ ਤੇ ਹੈ ਵੀ ਬੜੇ ਇੰਟਰਸਟਿੰਗ ਆ ਇਲ ਕੋਂਡੂ ਜਹੰਤੇ ਦੀ ਉਨ ਵਹੀਕਲੋ ਡਰਾਈਵਰ ਜਿਹੜਾ ਇੱਕ ਗੱਡੀ ਦਾ ਨੋਂਨ ਦੇਵੇ ਫਾਰ ਸੈਂਪਰੇ ਅਫੀਦਾਮੈਂਟੋ ਸੂਲ ਕੰਪੋਰਟਮੈਂਟੋ ਦੈਲੀ ਆਲਤਰੀ ਕੇ ਪੋ ਨੋਂਨ ਐਸਟਰੇ ਕੋਰੈਟੋ ਅੱਜ ਮੈਂ ਤੁਹਾਨੂੰ ਪਹਿਲਾਂ ਗੱਲ ਦਸੀ ਉਹੀ ਹੋਣ ਆ ਗਈ ਜਿਹੜਾ ਕੋਂਡੂ ਸੈਂਟਰਲ ਡਰਾਈਵਰ ਆ ਇਨੋਨ ਵੀ ਦੀ ਉਨ ਵਹੀਕਲੇ ਕ ਵਹਣਦਾ ਨੋਂਨ ਦੇਵੇ ਫਾਰ ਸੈਂਪਰੇ ਅਫੀਦਾਮੈਂਟੋ ਕਿ ਉਸ ਨੂੰ ਹਮੇਸ਼ਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੋਲ ਕੰਪੋਰਟਮੈਂਟੋ ਵਿਵਹਾਰ ਹੈ ਦੇ ਅਲਤਰੀ ਬਾਕੀਆਂ ਦੇ ਕਿ ਇਹ ਉਹ ਇਸ ਤਰੇ ਕੋਰੈਕਟੋ ਕਿ ਸਹੀ ਹੋਣਾ ਚਾਹੀਦਾ ਧਿਆਨ ਦੇ ਨਾਲ ਮੈਂ ਅ ਐਦਾ ਸਾਡੇ ਅਸੀਂ ਵੀ ਕਈ ਵਾਰ ਇਸ ਤਰ੍ਹਾਂ ਕਰ ਜਾਂਦੇ ਆ ਇਹ ਨਹੀਂ ਕਿ ਲੋਕੀ ਗਲਤ ਹੁੰਦੇ ਅਸੀਂ ਵੀ ਬੜੀ ਵਾਰ ਗਲਤ ਹੁੰਦੇ ਆ ਐਗਜ਼ਾਮਪਲ ਦਿਨਾ ਆਪਣੇ ਤੇ ਹੀ ਮੈਂ ਗੱਡੀ ਚਲਾ ਰਿਹਾ ਮੈਨੂੰ ਪਤਾ ਹੀ ਐ ਥਾਣੀ ਮੋੜਨਾ ਵਾ ਮੇਰਾ ਧਿਆਨ ਨਹੀਂ ਹੈ ਗੱਡੀ ਸਪੀਡ ਦੇ ਵਿੱਚ ਹੈ ਮਰੇ ਪਿੱਛੇ ਗੱਡੀ ਆ ਰਹੀ ਆ ਮੇਰੀ ਗੱਡੀ ਸਪੀਡ ਰੇਸ਼ਰ ਮੈਂ ਗੱਡੀ ਇੱਕਦਮ ਬ੍ਰੇਕ ਮਾਰ ਕੇ ਤੇ ਗੱਡੀ ਉਧਰ ਨੂੰ ਮੋੜ ਜਾਂਦਾ ਵਾ ਤੇ ਜਿਹੜਾ ਪਿਛਲਾ ਵਾ ਜਿਹੜਾ ਪਿਛਲਾ ਵਾ ਉਹਨੂੰ ਤਾਂ ਮੈਂ ਕਨਫਿਊਜ਼ ਕੀਤਾ ਨਾ ਉਹਨੂੰ ਤਾਂ ਮੈਂ ਚੱਕਰਾਂ 'ਚ ਪਾ ਦਿੱਤਾ ਨਾ ਉਹ ਤੇ ਤੰਗ ਹੋ ਗਿਆ ਨਾ ਕਿਉਂਕਿ ਉਹ ਤੇ ਵਸਾਈ ਗੱਡੀ ਚਲਾ ਰਿਆ ਸੀ ਮੇਰੇ ਹਿਸਾਬ ਦੇ ਨਾਲ ਕਿ ਮੈਂ ਸਹੀ ਚੱਲ ਰਿਹਾ ਵਾਂ ਉਹਨੂੰ ਥੋੜਾ ਪਤਾ ਸੀ ਮੈਂ ਇੱਕਦਮ ਬ੍ਰੇਕ ਮਾਰ ਦੇਣੀ ਸੋ ਇਹਦਾ ਮਤਲਬ ਕਿ ਜਿਹੜਾ ਡਰਾਈਵਰ ਆ ਉਹਨੂੰ ਹਮੇਸ਼ਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬਾਕੀ ਆ ਤੇ ਉਹਨੂੰ ਥੋੜੀ ਆਪਣੀ ਸੂਝ-ਬੂਝ ਨਾਲ ਵੀ ਚੱਲਣਾ ਚਾਹੀਦਾ ਕਿਉਂ ਇਕ ਕੰਡੂਚੀਐਂਤੇ ਦੇ ਉਨ ਵਹੀਕਲੋ ਨੋਂ ਪੋ ਪ੍ਰੇਟੈਂਦਰੇ ਦੀ ਪਾਸਾਰੇ ਪਰ ਪ੍ਰੀਮੋ ਕਾਂਡੋ ਸੋਰਜੇ ਇਲ ਦੂਬੀਓ ਕੇ ਨੋਂ ਲੀਵੇਂਗਾ ਕੋਂਚੇਸਾ ਲਾ ਪ੍ਰੇਸੀਡੈਂਜ਼ਾ ਕਦਕੀ ਜਿਹੜਾ ਕੋਂਡੂਚੀਐਂਤੇ ਦੀ ਉਨ ਵਹੀਗਲ ਇੱਕ ਵਾਹਨ ਦਾ ਜਿਹੜਾ ਗੱਡੀ ਦਾ ਇੱਕ ਡਰਾਈਵਰ ਹੈ ਨੋਂ ਪੋ ਪ੍ਰੇਟੈਂਦਰੇ ਦੀ ਪਾਸਾਰੇ ਪਰ ਪ੍ਰੀਮੋ ਕਿ ਉਸ ਨੂੰ ਪਹਿਲਾ ਨਹੀਂ ਛਾਣਾ ਚਾਹੀਦਾ ਕਵਾਂਦੋ ਜਦੋਂ ਸੋਰਜੋਂ ਦੂਬੀਓ ਕਿ ਜਦੋਂ ਇੱਕ ਸ਼ੱਕ ਪੈਦਾ ਹੁੰਦਾ ਹੈ ਸੋ ਸੋਰਜਰੇ ਮਲੇ ਪੈਦਾ ਹੋਣਾ ਇਲਦੂ ਬਿਓ ਜਦੋਂ ਸ਼ੱਕ ਕਿ ਨੋਨ ਲੀਵਿੰਗਾ ਕੁਨਚਾ ਸਲਾ ਪ੍ਰੈਸੀਡੈਂਸ ਆ ਕਿ ਉਹਨੂੰ ਜਿਹੜੀ ਪਹਿਲ ਨਹੀਂ ਆ ਜਦੋਂ ਸ਼ੱਕ ਪੈਦਾ ਹੁੰਦਾ ਕਿ ਉਹਨੂੰ ਪਹਿਲ ਨਹੀਂ ਆ ਤਾਂ ਉਹਨੂੰ ਜਿਹੜਾ ਨੋਨ ਉਹ ਪ੍ਰੇਤੇਂtre ਦੀ ਪਸਾਰੇ ਪ੍ਰਿਮ ਕੋਨੂ ਪਹਿਲਾ ਨਹੀਂ ਲੰਘਣਾ ਚਾਹੀਦਾ ਅਗੇ ਆਗਾ ਜੀ ਇਲ ਦਿਰੀਤੋ ਦੀ ਪ੍ਰੈਸੀਡੈਂਸ ਆ ਕਿ ਪਹਿਲ ਦਾ ਜਿਹੜਾ ਹੱਕ ਆ ਨੋਨ ਆਉਤੋਰੀਜ਼ਾ ਐਲ ਕੋਂਡੂਚੈਂਤੇ ਐਡ ਆਤਰਾਵਸਾਰੇ ਇਨਕ੍ਰੋਜੀਓ ਸੈਂਜ਼ ਆਉਸਾਰੇ ਲਾ ਪ੍ਰੈਸੀਡੈਂਸਾ ਕੰਦਾ ਕਿ ਜਿਹੜਾ ਪੈਦਲ ਦਾ ਹੱਕ ਆ ਨੋਨ ਅਥੋਰਿਜ਼ਡ ਅਥੋਰਿਜ਼ਡ ਕੀ ਪਰਮਾਨਿਤ ਨਹੀਂ ਆ ਇਲ ਕੁੰਦੂ ਚੇਨ ਤੇ ਡਰਾਈਵਰ ਲਈ ਅਦ ਅਟਰਾਵਰਸਰ ਇਨਕ੍ਰੋਸ ਚੋ ਸੈਂਸ ਆਉ ਸਾਰੇ ਪ੍ਰੈਜ਼ੀਡੈਂਸਾ ਕਿ ਬਿਨਾ ਧਿਆਨ ਦੇ ਨਾਲ ਪਾਰ ਕਰਨਾ ਚੌਂਕ ਨੂੰ ਕਿਉਂ ਕਿਉਂਕਿ ਅੱਗੇ ਵੀ ਤੁਹਾਨੂੰ ਸਮਝਾਇਆ ਕਿ ਮੰਨ ਲਓ ਮੈਨੂੰ ਇਹ ਹੱਕ ਆ ਚੌਂਕ ਤੇ ਖਲੋਤਾ ਵਾਂ ਚੌਂਕ ਚਰਸਤਾ ਜਿੱਦੇ ਚੋਵੇਂ ਰਸਤੇ ਹੁੰਦੇ ਆ ਉੱਥੇ ਖਲੋਤਾ ਵਾਂ ਮੈਂ ਪਾਰ ਕਰਦਾ ਬਾਹ ਸੜਕ ਨੂੰ ਕੋਈ ਬੜਾ ਹੀ ਕਾਲਾ ਤੁਰਿਆ ਆਉਂਦਿਆ ਵਾ ਮੈਂ ਧਿਆਨ ਨਹੀਂ ਹੈਗਾ ਮੈਂ ਮੈਨੂੰ ਹੱਕ ਹੈ ਮੈਂ ਜਿਹੜੀ ਮਰਜ਼ੀ ਸਪੀਡ ਮੈਨੂੰ ਪਰਵਾਹ ਕੋਈ ਨਹੀਂ ਤੇ ਅਗਲਾ ਬੜੇ ਧਿਆਨ ਨਾਲ ਅਗਲਾ ਅਗਲੇ ਨੂੰ ਕਾਲੀ ਆ ਉਹ ਪਾਰ ਕਰ ਗਿਆ ਮੈਂ ਵਾਂ ਚਾਹੇ ਗਲਤੀ ਮੇਰੀ ਨਹੀਂ ਹੈਗੀ ਪਰ ਨੁਕਸਾਨ ਤੇ ਮੇਰਾ ਹੋ ਗਿਆ ਟੱਕਰ ਮੇਨਾਂ ਹੋ ਗਈ ਸੱਟ ਪੇਟ ਮੈਨੂੰ ਲੱਗੀ ਵੱਡੀ ਸੱਟ ਵੀ ਲੱਗ ਸਕਦੀ ਆ ਸੋ ਜਿਹੜਾ ਧਿਆਨ ਆ ਉਹ ਦੇਣ ਦੀ ਜ਼ਰੂਰਤ ਆ ਸੋ ਜਿਹੜੀ ਚੀਜ਼ ਇੱਥੇ ਮੈਂ ਸਮਝਾਈ ਗਈ